ਹੈਲੋ ਸਟੂਡੈਂਟਸ ਹਾਂਜੀ ਠੀਕ ਠਾਕ ਸਾਰਿਆਂ ਨੇ ਅੱਜ ਆਪਾਂ ਸਟਾਰਟ ਕਰਦੇ ਆ ਆਪਣੇ ਕਰੰਟ ਅਫੇਅਰ ਠੀਕ ਹੈ ਜੀ हाँ जी स्टूडेंट्स वेरी गुड मॉर्निंग थोड़ा सा बिज़ी करके काफी ज़्यादा बिज़ी करके काफी ज़्यादा बिजी करके हो दो तीन दिन तड़िया क्लासेस नहीं ले पाए ठीक है जी वो अपनी पूरी कोशिश है अब आप सारिया क्लासेस लवेंगे ठीक है जी चलो करंट अफेयर स्टार्ट कर दें राजे ਆਪਣੇ ਕੁਝ ਪੈਂਡਿੰਗ ਕਰੰਟ ਅਫੇਅਰ ਸੀ ਤੁਹਾਨੂੰ ਸਭ ਨੂੰ ਪਤਾ ਹੈ ਕੱਲ ਹੈਡ ਕਨਸਟੇਬਲ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਹੈਡ ਕਨਸਟੇਬਲ ਦੀ ਵੈਕੈਂਸੀਜ਼ ਆਊਟ ਹੋ ਚੁੱਕੀਆਂ ਨੇ ਠੀਕ ਹੈ ਜੀ ਹੈਡ ਕਨਸਟੇਬਲ ਦੀ ਵੈਕੈਂਸੀਜ਼ ਆਊਟ ਹੋ ਚੁੱਕੀਆਂ ਨੇ ਜੀ ਇਸ ਤੋਂ ਇਲਾਵਾ ਹੋਣ ਕਿਹੜੀ ਵੈਕੈਂਸੀਜ਼ ਆ ਰਹੀਆਂ ਨੇ ਵੈਕੈਂਸੀਜ਼ ਨਵੀਆਂ ਵੈਕੈਂਸੀਜ਼ ਪੀਪੀਐਸਸੀ ਦੁਆਰਾ ਪੀਪੀਐਸਸੀ ਭਰਤੀ ਕਰ ਰਹੀ ਹੈ ਜੀ ਪੀਪੀਐਸਸੀ ਕੋਆਪਰੇਟਿਵ ਸੁਸਾਇਟੀ ਇਨਸਪੈਕਟਰ ਕੋਆਪਰੇਟਿਵ ਸੁਸਾਇਟੀ ਇਨਸਪੈਕਟਰ ਦੀ ਵੈਕੈਂਸੀ ਆ ਰਹੀ ਹੈ ਇਸ ਤੋਂ ਇਲਾਵਾ PPSB ਕਲਰਕ ਦੀ ਭਰਤੀ ਬਹੁਤ ਹੀ ਜਲਦੀ ਆ ਰਹੀ ਏ ਐਂਡ ਤੀਸਰਾ ਫੂਡ ਸਪਲਾਈ ਇਨਸਪੈਕਟਰ ਫੂਡ ਸਪਲਾਈ ਇਨਸਪੈਕਟਰ ਦੀ ਬਹੁਤ ਜ਼ਿਆਦਾ ਬਹੁਤ ਜਲਦੀ ਭਰਤੀ ਆ ਰਹੀ ਏ ਤਿੰਨ ਭਰਤੀਆਂ ਬਹੁਤ ਜਲਦੀ ਆ ਰਹੀਆਂ राजे ਠੀਕ ਹੈ ਜੀ ਤਿੰਨ ਭਰਤੀਆਂ ਬਹੁਤ ਹੀ ਜਲਦੀ ਆ ਰਹੀਆਂ ਨੇ ਤਾਂ ਤਿੰਨ ਭਰਤੀਆਂ ਤੁਸੀਂ ਆਪਣੀਆਂ ਰੱਖੋ ਠੀਕ ਹੈ ਜੀ ਪੀ ਪੀਐਸਬੀ ਕਲਰਕ ਪੀਪੀਐਸਸੀ ਦੁਆਰਾ ਕੁਈਆਂ ਵਿਕੈਂਸੀਆਂ ਆ ਰਹੀਆਂ ਨੇ ਸੋਸਾਇਟੀ ਇਨਸਪੈਕਟਰ ਦੀਆਂ ਐਂਡ ਫੂਡ ਫੂਡ ਸਪਲਾਈ ਇਨਸਪੈਕਟਰ ਠੀਕ ਹੈ ਜੀ ਚਲੋ ਸਟਾਰਟ ਕਰਦੇ ਆਪਾਂ ਆਪਣੀ ਅੱਜ ਦੀ ਕਲਾਸ ਸਭ ਤੋਂ ਪਹਿਲਾ ਕਰੰਟ ਅਫੇਅਰ ਅੱਜ ਦਾ ਠੀਕ ਹੈ ਤੁਹਾਡੀ ਰਿਵੀਜ਼ਨ ਹੋਵੇਗੀ ਇਸ ਕਰੰਟ ਅਫੇਅਰਸ ਨਾਲ ਹਾਂਜੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਰੰਟ ਅਫੇਅਰ ਦੱਸੋ ਜੀ ਸਪਰੀਮ ਕੋਰਟ ਜੋ ਨੇਪਾਲ ਦੀ ਸੁਪਰੀਮ ਕੋਰਟ ਨੇ ਉਸਨੇ ਡਾਇਰੈਕਟਲੀ ਇੱਕ ਬੰਦੇ ਨੂੰ ਪੀਐਮ ਅਨਾਉਂਸ ਕੀਤਾ ਉਸਨੇ ਡਾਇਰੈਕਟਲੀ ਇੱਕ ਬੰਦੇ ਨੂੰ ਪੀਐਮ ਅਨਾਉਂਸ ਕਰਤਾ ਹੈ ਕਿਉਂਕਿ ਨੇਪਾਲ ਦੇ ਵਿੱਚ ਲਾਸਟ 5 ਮਹੀਨਿਆਂ ਦੇ ਵਿੱਚ ਨੇਪਾਲ ਦੇ ਵਿੱਚ ਲਾਸਟ 5 ਮਹੀਨਿਆਂ ਦੇ ਵਿੱਚ ਦੋ ਵਾਰੀ ਸਰਕਾਰ ਡਿੱਗ ਚੁੱਕੀ ਹੈ ਦੋ ਵਾਰੀ ਸਰਕਾਰ ਡਿੱਗ ਚੁੱਕੀ ਹੈ ਮੀਨਸ ਉਥੋਂ ਦੇ ਨੇਪਾਲ ਦੇ ਪ੍ਰੈਜ਼ੀਡੈਂਟ ਨੇ ਦੋ ਵਾਰੀ ਨੇਪਾਲ ਦੀ ਸਰਕਾਰ ਕੀ ਕਰਤੀ ਹੈ ਪੰਗ ਕਰਤੀ ਡਿਸੋਲਵ ਕਰਤੀ ਜਿਸ ਕਰਕੇ ਹੁਣ ਸਿੱਧਾ ਸੁਪਰੀਮ ਕੋਰਟ ਨੇ ਐਕਸ਼ਨ ਲਿਆ ਸੁਪਰੀਮ ਕੋਰਟ ਨੇ ਡਾਇਰੈਕਟ ਇੱਕ ਬੰਦੇ ਨੂੰ ਅਪੋਇੰਟ ਕੀਤਾ ਪੀਐਮ ਤਾਂ ਉਸ ਬੰਦੇ ਦਾ ਨਾਮ ਦੱਸ ਦੋ ਉਸ ਬੰਦੇ ਦਾ ਨਾਮ ਦੱਸ ਦੋ ਰਾਜੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਲਾਸਟ 5 ਵਾਰੀ ਦੋ ਲਾਸਟ 5 ਮਹੀਨਿਆਂ ਦੇ ਵਿੱਚ ਦੋ ਵਾਰੀ ਨੇਪਾਲ ਦੀ ਸੰਸ ਜਿਹੜੀ ਹੈ ਸੰਸਦ ਉਹ ਪੰਗ ਹੋ ਚੁੱਕੀ ਹੈ ਠੀਕ ਹੈ ਜੀ ਉਥੋਂ ਦੀ ਆ ਤਾਂ ਅਗਰ ਕਿ ਐਕਸ਼ਨ ਲਿਆ ਗਿਆ ਸ਼ੇਰ ਬਹਾਦਰ ਬਿਲਕੁਲ ਰਾਈਟ ਸਹੀ ਹੈ ਠੀਕ ਹੈ ਜੀ ਬੀ ਆਪਸ਼ਨ ਆਵੇਗਾ ਬੀ ਆਪਸ਼ਨ ਆਵੇਗਾ ਸ਼ੇਰ ਬਹਾਦਰ ਦੁਬਾ ਸ਼ੇਰ ਬਹਾਦਰ ਦੁਬਾ ਸ਼ੇਰ ਬਹਾਦਰ ਦੁਬਾ ਜੀ ਨੂੰ ਕੀ ਬਣਾਇਆ ਗਿਆ ਪੀ ਐਮ ਬਣਾਇਆ ਗਿਆ ਠੀਕ ਹੈ ਜੀ ਡਾਇਰੈਕਟਲੀ ਸੁਪਰੀਮ ਕੋਰਟ ਦੇ ਵੱਲੋਂ ਅਪਾਇੰਟ ਕੀਤਾ ਗਿਆ ਰਾਜੇ ਠੀਕ ਹੈ ਜੀ ਨੇਪਾਲ ਦੀ ਜੋ ਕੈਪੀਟਲ ਹੈਗੀ ਇਹ ਕਾਠਮੰਡੂ ਤੁਹਾਨੂੰ ਸਭ ਨੂੰ ਪਤਾ ਹੈ ਨੇਪਾਲ ਦਾ ਜੋ ਰੁਪਈਆ ਚੱਲਦਾ ਉੱਥੇ ਨਾ ਨੇਪਾਲ ਦਾ ਰੁਪਈਆ ਚੱਲਦਾ ਤੇ ਉੱਥੋਂ ਦਾ ਜੋ ਉੱਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ ਪ੍ਰੈਜ਼ੀਡੈਂਟ ਇਹ ਵਾਲੇ ਨੇ ਬੱਪਿਆ ਦੇਵੀ ਬੰਡਾਰੀ ਬੱਪਿਆ ਦੇਵੀ ਬੰਡਾਰੀ ਉਥੋਂ ਦੇ ਪ੍ਰੈਜ਼ੀਡੈਂਟ ਨੇ ਪ੍ਰੈਜ਼ੀਡੈਂਟ ਸਾਹਿਬ ਦਾ ਵੀ ਨਾਮ ਵਿੱਚ ਸ਼ਾਮਲ ਕੀਤਾ ਗਿਆ ਨਾ ਪ੍ਰੈਜ਼ੀਡੈਂਟ ਉਥੋਂ ਦੇ ਨੇ ਕਾਠਮੰਡੂ ਕੈਪੀਟਲ ਏ ਰੁਪਈਆ ਚੱਲਦਾ ਉਥੇ ਨੇਪਾਲੀ ਰੁਪਈਆ ਤੇ ਪ੍ਰੈ ਪੀਐਮ ਕ ਨੂੰ ਬਣਾਇਆ ਗਿਆ ਸ਼ੇਰ ਬਹਾਦਰ ਦੋਬੇ ਨੂੰ ਠੀਕ ਹੈ ਜੀ ਚਲੋ ਸਟਾਰਟ ਕਰਦੇ ਆ ਵੀ ਨੈਕਸਟ ਕੁਐਸਚਨ ਆਪਣਾ ਸਮਝ ਲੱਗ ਗਿਆ ਵੀ ਸਾਰਿਆਂ ਨੂੰ हाँ जी नैक्सट क्वेश्चन वाले पहुँचते अपना नैक्सट क्वेश्चन दसो जी ता यो यंगर ग्रैंड स्लैम सिंगल्स टाइटल बीटिंग बाय बीटिंग बाय विक्टर लीलो द विलमिंटन बॉयज सिंगल फाइनल दसो जी कि जितया जी ग्रैंड स्लैम सिंगल्स टाइटल किन्ने जितया काफ़ी इंपोर्टेंट क्वेश्चन है काफ़ी ज़्यादा इंपोर्टेंट क्वेश्चन राज काफ़ी ज़्यादा इंपोर्टेंट क्वेश्चन है ਹਾਂਜੀ ਕਾਫੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਜੇ ਸੈਂਕਡ ਦਾ ਸੈਂਕਡ ਦਾ ਏ ਆਪਸ਼ਨ ਦੇ ਰਹੇ ਨੇ ਬੱਚੇ ਸੈਂਕਡ ਦਾ ਏ ਆਪਸ਼ਨ ਸੁਮੇਰ ਅ ਸੁਮੇਰ ਕਿਹੜਾ ਹੈ ਸੁਮੇਰ ਬੈਨਰਜੀ ਵਾਹ ਜੀ ਵਾਹ ਬਿਲਕੁਲ ਜੀ ਇਹ ਸੁਮੇਰ ਬੈਨਰਜੀ ਅ ਸੁਮੇਰ ਬੈਨਰਜੀ ਦੁਆਰਾ ਜਿੱਤਿਆ ਗਿਆ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਰਾਜੇ ਬਿਲਕੁਲ ਸਹੀ ਹੈ ਹਾਂਜੀ ਅਰਸ਼ਵਿੰਦਰ ਜੀ ਕਿਵੇਂ ਤਿਆਰੀ ਚੱਲ ਰਹੀ ਹੈ ਤੁਹਾਡੀ ਸਾਰਿਆਂ ਦੀ ਕਿਵੇਂ ਤਿਆਰੀ ਚੱਲ ਰਹੀ ਹੈ ਸਾਰੇ ਬੱਚਿਆਂ ਦਾ ਹੁਣ ਤਾਂ ਫਾਈਨਲ ਟੱਚ ਹੋਣਾ ਹੋਵੇਗਾ ਕਿਵੇਂ ਤਿਆਰੀ ਚੱਲ ਰਹੀ ਹੈ ਸਾਰਿਆਂ ਦੀ ਸਾਰਿਆਂ ਦੀ ਕਿਵੇਂ ਤਿਆਰੀ ਚੱਲ ਰਹੀ ਹੈ ਬਹੁਤ ਵਧੀਆ ਤਿਆਰੀ ਮੇਰੇ ਹਸਾਬ ਨਾਲ ਬਹੁਤ ਵਧੀਆ ਤਿਆਰੀ ਚੱਲ ਰਹੀ ਹੋਵੇਗੀ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਵੱਲ ਪਹੁੰਚੋ ਜੀ ਤਾਂ ਰੀਸੈਂਟਲੀ ਆਪਣੇ ਟਰਾਂਸਪੋਰਟ ਮਿਨਿਸਟਰ ਟਰਾਂਸਪੋਰਟ ਮਿਨਿਸਟਰ ਕੌਣ ਹੈ ਆਪਣਾ ਨਿਤਨ ਗੜਕਰੀ ਸਾਹਿਬ ਨਿਤਨ ਗੜਕਰੀ ਸਾਹਿਬ ਨੇ ਇੱਕ ਇਨੋਗ੍ਰੇਸ਼ਨ ਕੀਤਾ ਹੈ ਤਾਂ ਜੋ ਇਨਾਂ ਨੇ ਇੱਕ ਲਿਕੁਇਫਾਈਡ ਨੈਚੁਰਲ ਗੈਸ ਗੈਸ ਪਲਾਂਟ ਨੈਚੁਰਲ ਗੈਸ ਜੋ ਗੈਸ ਪਲਾਂਟ ਦਾ ਉਦਘਾਟਨ ਕੀਤਾ ਹੈ ਕਿਸ ਸਟੇਟ ਵਿੱਚ ਕੀਤਾ ਹੈ ਨੈਚੁਰਲ ਗੈਸ ਪਲਾਂਟ ਦਾ ਉਦਘਾਟਨ ਕਿਸ ਸਟੇਟ ਵਿੱਚ ਕੀਤਾ ਰਾਜੇ ਦੱਸੋ ਜੀ ਦੱਸੋ दसो भाई दसो कि स्टार्ट किया गया मेरे हिसाब आएगा महाराष्ट्र 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 किता है नागपुर महाराष्ट्र नागपुर महाराष्ट्र एक की प्राइवेट गैस प्लांट फर्स्ट प्राइवेट गैस प्लांट स्टार्ट होलपी जी एल पी जी फस्ट प्राइवेट गैस प्लांट स्टार्ट है बिल्कुल सही है जी सैटअप किता है सैटअप दसो जी किता है बद्रीनाथ एज आयुर्वेदिक ग्रुप बद्रीनाथ आयुर्वेदिक ग्रुप बी ए जी बी ए जी द्वारा सैटअप किया गया गल याद रखनी बी ए जी बद्रीनाथ एज आयुर्वेदिक ग्रुप द्वारा सेटअप किया गया याद रखनी बिल्कुल रख याद रखे सारे बच्चे क्वेश्चन ठीक है जी याद रखे क्वेश्चन ਮਹਾਰਾਸ਼ਟਰ ਦਾ ਸੀਐਮ ਉਦਵ ਠਾਕਰੇ ਠੀਕ ਹੈ ਜੀ ਚਲ ਨੈਕਸਟ ਕੁਐਸਚਨ ਵੱਲ ਪਹੁੰਚਦੇ ਆਂ ਜੀ ਆਪਣਾ ਨੈਕਸਟ ਕੁਐਸਚਨ ਕੀ ਹੈ ਤਾਂ ਵਿਚ ਸਟੇਟ ਗਵਰਨਮੈਂਟ ਹੈਜ਼ ਅਨਾਉਂਸਡ ਅ ਨਿਊ ਪੋਪੂਲੇਸ਼ਨ ਬਿਲ ਨਿਊ ਪੋਪੂਲੇਸ਼ਨ ਬਿਲ ਔਨ ਵਰਡ ਪੋਪੂਲੇਸ਼ਨ ਡੇ ਦੱਸੋ ਜੀ ਕਿਸ ਸਟੇਟ ਗਵਰਨਮੈਂਟ ਨੇ ਬਿਲ ਲੈ ਕੇ ਆਂਦਾ ਆਬਾਦੀ ਦੇ ਉੱਪਰ ਆਬਾਦੀ ਦੇ ਉੱਪਰ ਬਿਲ ਲੈ ਕੇ ਆਂਦਾ ਆਬਾਦੀ ਦੇ ਉੱਪਰ ਬਿਲ ਲੈ ਕੇ ਆਂਦਾ ਦੱਸੋ ਜੀ ਕੀ ਨਵਾਂ ਆਬਾਦੀ ਦੇ ਉੱਪਰ ਬਿਲ ਲੈ ਕੇ ਆਂਦਾ ਕੀ ਕਹਿੰਦੇ ਨੇ ਆਬਾਦੀ ਦੇ ਉੱਪਰ ਕੀ ਬਿੱਲ ਲੈ ਕੇ ਆਂਦਾ राजे ਯੂਪੀ ਨੇ ਲੈ ਕੇ ਆਂਦਾ ਬਿਲਕੁਲ ਸਹੀ ਹੈ ਜੀ ਯੂਪੀ ਨੇ ਲੈ ਕੇ ਆਂਦਾ ਯੋਗੀ ਸਾਹਿਬ ਨੇ ਲੈ ਕੇ ਆਂਦਾ ਹਨਾ ਯੋਗੀ ਸਾਹਿਬ ਨੇ ਲੈ ਕੇ ਆਂਦਾ ਕੀ ਬਿੱਲ ਚ ਕੀ ਕਿਹਾ ਗਿਆ ਬਿੱਲ ਚ ਕੀ 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 ਕਿਹਾ ਗਿਆ ਬਿੱਲ ਦਾ ਨਾਮ ਦੱਸੋ राजे ਬਿੱਲ ਚ ਕੀ 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 ਉਹ ਨਾ ਕਿਹਾ ਬਿੱਲ ਚ ਕੀ ਕਿਹਾ ਗਿਆ ਉੱਤਰ ਪ੍ਰਦੇਸ਼ ਲੋਕ ਮਿਸ਼ਨ ਦੇ ਵੱਲੋਂ ਇਹ ਬਿੱਲ ਬਣਿਆ ਠੀਕ ਹੈ ਜੀ ਉੱਤਰ ਪ੍ਰਦੇਸ਼ ਪਾਪੂਲੇਸ਼ਨ ਦੇ ਉੱਪਰ ਬਿੱਲ ਬਣਿਆ ਹੈ ਦੋ ਚਾਈਲਡ ਪਾਲਿਸੀ ਬਿਲਕੁਲ ਸਹੀ ਹੈ ਜੀ ਦੋ ਚਾਈਲਡ ਪਾਲਿਸੀ ਲੈ ਕੇ ਆਂਦੀ ਅਗਰ ਦੋ ਤੋਂ ਜ਼ਿਆਦਾ ਕਿਸੇ ਦੇ ਬੱਚੇ ਹੋਣਗੇ ਤਾਂ ਉਹਨੂੰ ਜੋਬ ਵੀ ਨਹੀਂ ਮਿਲਣੀ ਤੇ ਉਹ ਬੰਦਾ ਇਲੈਕਸ਼ਨ ਵਿੱਚ ਵੀ ਖੜਾ ਨਹੀਂ ਹੋ ਸਕਦਾ ਦੋਨੋਂ ਚੀਜ਼ਾਂ ਤੇ ਕਾਂਟਾ ਮਾਰਤਾ ਉਹਨਾਂ ਨੇ ਕਿ ਸਰਕਾਰੀ ਜੋਬ ਵੀ ਨਹੀਂ ਮਿਲਣੀ ਤੇ ਉਹ ਬੰਦਾ ਇਲੈਕਸ਼ਨ ਵਿੱਚ ਵੀ ਨਹੀਂ ਖੜਾ ਹੋ ਸਕਦਾ ਜਿਨ੍ਹਾਂ ਦੇ ਦੋ ਚਾਈਲਡ ਤੋਂ ਉੱਪਰ ਬੱਚੇ ਹੋਣਗੇ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਆਪਣਾ ਸਬ ਇਨਸਪੈਕਟਰ ਦਾ ਬੈਚ ਤੁਹਾਨੂੰ ਸਭ ਨੂੰ ਪਤਾ ਹੈ ਨੈਕਸਟ ਸਬ ਇਨਸਪੈਕਟਰ ਬੈਚ ਬਹੁਤ ਵਧੀਆ ਚੱਲ ਰਿਹਾ ਹੈ ਹੁਣ ਜੋ ਹੈਡ ਕਨਸਟੇਬਲ ਦੀ ਵੈਕੈਂਸੀਸ ਆਲਰੇਡੀ ਆਊਟ ਹੋ ਚੁੱਕੀਆਂ ਨੇ ਨਹੀਂ ਹੈਡ ਕਨਸਟੇਬਲ ਉਹ ਵੀ ਗ੍ਰੈਜੂਏਸ਼ਨ ਬੇਸ ਤੇ ਨੇ ਅਗਰ ਤੁਸੀਂ ਸਬ ਇਨਸਪੈਕਟਰ ਦਾ ਫਾਰਮ ਫਿਲ ਕਰ ਚੁੱਕੇ ਹੋ ਤੁਸੀਂ ਜ਼ਰੂਰ ਹੈਡ ਕਨਸਟੇਬਲ ਦਾ ਫਾਰਮ ਫਿਲ ਕਰਿਆ ਦੇ ਕਿਉਂਕਿ ਉਸ ਅਸਾਪ ਲਗਾ ਅਲਗਾਲੋ 787 ਪੋਸਟਾਂ ਹੈਡ ਕਨਸਟੇਬਲ ਦੀਆਂ ਨੇ ਹੈਡ ਕਨਸਟੇਬਲ ਦੀਆਂ ਪਲੱਸ 560 ਪੁਲਿਸ ਆਗੀਆਂ ਵੈਕੈਂਸੀਜ਼ ਆਗੀਆਂ ਤੁਹਾਡੀਆਂ ਗ੍ਰੈਜੂਏਸ਼ਨ ਬੇਸ ਤੇ ਸਬ ਇੰਸਪੈਕਟਰ ਦੀਆਂ ਤੁਸੀਂ ਆਪ ਹਿਸਾਬ ਲਾ ਲਓ ਲਗਭਗ 1300 ਤੋਂ ਉੱਪਰ ਵੈਕੈਂਸੀਜ਼ ਜਾਂਦੀਆਂ ਨੇ 1300 ਤੋਂ ਉੱਪਰ ਵੈਕੈਂਸੀਜ਼ ਜਾਂਦੀਆਂ ਨੇ ਤਾਂ ਤੁਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਠੀਕ ਹੈ ਜੀ ਅ ਜਿਹੜਾ ਹੈਗਾ ਆਪਣਾ ਤਿਆਰ ਕਰਨਾ ਹੈਗਾ ਠੀਕ ਹੈ ਜੀ बैच की प्रिपेयर बैच ज्वाइन करके अपनी तैयारी कर सकते हो हाँ जी क्वेश्चन की है जी नेक्स्ट क्वेश्चन नेम ऑफ द ज्वाइंट सैकटरी जनरल ऑफ द नैशनल राइफल एसोसीएशन ऑफ इंडिया हु हैज बिकम द फस्ट एवर इंडियन इंडियन बन गया यूनियर फॉर शूटिंग एट टोक्यो ओलंपिक दो हज़ार भी दसो जी टो तो, टोक्यो ओलंपिक दो हज़ार भी जो पहला जो यूनियर ਕਾਫੀ ਇਹ ਕਾਫੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਆਪਣੇ ਜੋ ਪਿੱਛੇ ਆਪਾਂ ਕਰੰਟ ਅਫੇਅਰ ਕੀਤੇ ਸੀ ਤਾਂ ਲਾਇਬ੍ਰੇਰੀਅਨ ਦੇ ਪੇਪਰ ਵਿੱਚ ਕਾਫੀ ਕਰੰਟ ਅਫੇਅਰ ਪੁੱਛੇ ਗਏ ਨੇ ਐਂਡ ਉਸ ਤੋਂ ਇਲਾਵਾ ਸਕੂਲ ਜੋ ਆਪਣੇ ਸੌਰੀ ਲੀਗਲ ਕਲਰਕ ਦਾ ਪੇਪਰ ਸੀ ਉਸ ਵਿੱਚ ਵੀ ਕਾਫੀ ਕੁਐਸਚਨ ਆਏ ਸੀ ਉਸ ਵਿੱਚ ਵੀ ਕਾਫੀ ਕੁਐਸਚਨ ਆਏ ਸੀ ਠੀਕ ਹੈ ਜੀ ਤਾਂ ਕਿਹੜਾ ਰਾਜੇ ਪਵਨ ਸਿੰਘ ਬਿਲਕੁਲ ਸਹੀ ਜੀ ਪਵਨ ਸਿੰਘ बिल्कुल राइट है पवन सिंह राजे पवन सिंह ठीक है जी पवन सिंह का राइट आंसर बिल्कुल सही जी पवन सिंह अच्छा नेक्स्ट क्वेश्चन दसो जी पीके वॉरियर पीके वॉरियर हु पास अवे रिसेंटली दसो जी की बंदा सी जर्नलिस्ट थी सोशल वर्कर सी पोलीटिशियन फिजिशियन फिजिक मीनस चिकित्सा वाला सी ठीक है जी दस सकते हो बच्चा ਕਾਫੀ ਇੰਪੋਰਟੈਂਟ ਕੁਐਸਚਨ ਰਾਜੇ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਇਹ ਵਾਲਾ ਵੀ ਉਹਦਾ ਸੋਈ ਏਕੀਬੰਦਾ ਸੀਗਾ ਡੀ ਆਪਸ ਚਾਵੇਗਾ ਇੱਕ ਫਿਜੀਸ਼ੀਅਨ ਸੀ ਮੀਨਸ ਚਿਕ ਤੇ ਚਿਤਕਸ਼ਕਸ ਕੇ ਬੰਦਾ ਠੀਕੇ ਜੀ ਇਸ ਨੂੰ ਕੇਰਲਾ ਕੇਰਲਾ ਦਾ ਸਿਹਤ ਕੇ ਕੇਰਲਾ ਦਾ ਜੋ ਹੈਗਾ ਸਿਹਤ ਤੇ ਅਕੈਡਮੀ ਵਾਰਡ ਕੇਰਲਾ ਸਿਹਤ ਅਕੈਡਮੀ ਵਾਰਡ ਵੀ ਮਿਲਿਆ ਯਾਦ ਰੱਖਣਾ ਕੇਰਲਾ ਸਿਹਤ ਅਕੈਡਮੀ ਅਵਾਰਡ ਕੇਰਲਾ ਸਿਹਤ ਅਕੈਡਮੀ ਅਵਾਰਡ ਵੀ ਇਸ ਬੰਦੇ ਨੂੰ ਮਿਲਿਆ ਹੋਇਆ ਠੀਕ ਹੈ ਯਾਦ ਰੱਖਣਾ 2008 ਦੇ ਵਿੱਚ ਮਿਲਿਆ ਸੀ ਇਸ ਬੰਦੇ ਨੂੰ ਐਂਡ ਇਸ ਤਰ੍ਹਾਂ ਕੈਲਿਕਟ ਯੂਨੀਵਰਸਿਟੀ ਕੈਲਿਕਟ ਯੂਨੀਵਰਸਿਟੀ ਨੇ ਕੈਲਿਕਟ ਯੂਨੀਵਰਸਿਟੀ ਨੇ ਇਸ ਨੂੰ ਡੀਲਿਟ ਡੀਲਿਟ ਦਾ ਦਾ ਆਨਰ ਡੀਲਿਟ ਦੇ ਆ ਡਿਗਰੀ ਦੇ ਨਾਲ ਆਨਰ ਵੀ ਕੀਤਾ ਹੋਇਆ ਡੀਲਿਟ ਡੀ ਐਲ ਆਈ ਡਬਲ ਟੀ ਡੀਲਿਟ ਦੇ ਨਾਲ ਉਹਨਾਂ ਨੇ ਜਿਹੜਾ ਇਹਨਾਂ ਆਨਰ ਵੀ ਕੀਤਾ ਆਯੁਰਵੈਦਿਕ ਨਾਲ ਰਿਲੇਟਡ ਸੀ ਯਾਦ ਰੱਖਣਾ ਨਾ आयुर्वेदिक फील्ड ਨਾਲ रिलेटेड ਸੀ ਬੰਦਾ ਹੈ ਠੀਕ ਹੈ ਜੀ ਕੇਰਲਾ ਸੈਥ ਅਕੈਡਮੀ ਅਵਾਰਡ ਵੀ ਮਿਲਿਆ ਹੋਇਆ ਹੈ ਇਸ ਨੂੰ ਕੈਲਿਕਟ ਯੂਨੀਵਰਸਿਟੀ ਦੇ ਵੱਲੋਂ ਡੀਲਿਟ ਡਿਗਰੀ ਦੇ ਤੌਰ ਤੇ ਵੀ ਨਿਵਾਜਿਆ ਗਿਆ ਹੈ 1999 ਦੇ ਵਿੱਚ ਠੀਕ ਹੈ ਜੀ 1999 ਦੇ ਵਿੱਚ ਜਿਹੜਾ ਕੇਰਲਾ ਵਾਲਾ ਅਵਾਰਡ ਮਿਲਿਆ ਇਹ 2008 ਵਿੱਚ ਮਿਲਿਆ ਇਹ ਗੱਲ ਯਾਦ ਰੱਖ ਲੈਣਾ ਠੀਕ ਹੈ ਜੀ 2008 ਵਿੱਚ ਮਿਲਿਆ ਚਲੋ ਨੈਕਸਟ ਕੁਐਸਚਨ ਵੱਲ ਪਰ ਵੱਧਦੇ ਹਾਂ नैक्सट क्वेश्चन की है जी रिसेंटली विच यूनिवर्सिटी विच कंट्री विच कंट्री हैज़ वॉन द यूरोपीयन चैंपियनशिप फॉर द फर्स्ट एवर सिंस उन्नीस सौ दसो जी उन्नीस सौ तो बाद पहली बार यूनियर uh, जोड़े यूरोपीयन चैंपियनशिप जीती किस देश ने यूनियर चैंपियनशिप जीती सी दस सकते हो बच्चा किस देश ने जीती राजे फुटबॉल वाली सी फुटबॉल वाली इटली नहीं जीती है बिल्कुल सही, जी. right सही है जी इटली आंसर आएगा बिल्कुल इटली आंसर आएगा राजे बिल्कुल सही है इटली आंसर आएगा ठीक है जी नेक्स्ट क्वेश्चन दसो जी अपना रिसेंटली विनय प्रकाश विनय प्रकाश हैज बीन अपॉइंटेड एज द रेजिडेंस गवर्निंग गवर्नेंस ऑफिसर फॉर इंडिया of which social media company social media companies ne aajkal apne jo egregious officer rakhne start karte ne na egregious officer rakhne start karte ne ta viney prakash viney prakash nu kis da rakha gaya viney prakash nu kis da rakha gaya ta dass deyo bachcha viney prakash nu kis cheez da rakha gaya twitter da wah ji wah twitter da rakha gaya bilkul sahi hai ji twitter da rakha gaya ਬਿਲਕੁਲ ਰਾਈਟ ਅਨਸਰ ਹੈ ਟਵਿੱਟਰ ਰੱਖਿਆ ਗਿਆ ਬਿਲਕੁਲ ਸਹੀ ਪੜ ਰਹੇ ਹੋ ਐਵੇਂ ਹੀ ਤੁਹਾਡੀ ਤਿਆਰੀ ਨੂੰ ਫਾਈਨਲ ਟੱਚ ਇੱਥੇ ਤੁਹਾਡੀ ਤਿਆਰੀ ਨੂੰ ਫਾਈਨਲ ਟੱਚ ਹੋ ਰਿਹਾ ਜਿਵੇਂ ਤੁਸੀਂ ਪੰਜਾਬੀ ਚ ਵੀ ਕਿਸੇ ਪੁਲਸ ਵਾਲੇ ਬੱਚੇ ਨੇ ਪੰਜਾਬੀ ਚ ਕਰਨਾ ਪੰਜਾਬੀ ਚ ਵੀ ਕਰੰਟ ਅਫੇਅਰ ਕਰ ਸਕਦਾ ਠੀਕ ਹੈ ਜੀ ਜੋ ਵੀ ਪੁਲਸਾ ਦੇ ਬੱਚੇ ਨੇ ਉਹਨਾਂ ਨੂੰ ਰეკਮੈਂਡਡ ਤੁਸੀਂ ਕਰ ਸਕਦੇ ਹੋ ਚੈਨਲ ਪੰਜਾਬੀ ਦੇ ਵਿੱਚ ਨਾਲ ਕਰੰਟ ਅਫੇਅਰ ਹੋ ਰਹੇ ਨੇ ਠੀਕ ਹੈ ਜੀ ਚੋ सुपरवाइजर जो वैकेंसी से उन्होंने ऑनलाइन बैच ऑलरेडी एप्लीकेशन अवेलेबल है अगर किसी बच्चे ने सुपरवाइजर तैयारी कर रहा है तो बच्चा एप्लीकेशन में जाके अपनी फाइनल तैयारी कर सकता है बैच खरीद सकता है नेक्स्ट क्वेश्चन वाले बाद आप नेक्स्ट क्वेश्चन दसो जी इंडिया फस्ट क्रिप्टो गैमिक क्रिप्टो गैम गार्डन विथ अराउंड फिफ्टी डिफरेंट ਜੋ ਸਪੀਸੀਸ ਹੁੰਦੇ ਨੇ ਸਪੀਸੀਸ ਮੀਨਸ ਪ੍ਰਜਾਤੀਆਂ ਨਾ ਹਨਾ ਠੀਕ ਹੈ ਜੀ ਹੈਜ਼ ਬੀਨ ਇਨੋਗਰੇਟਡ ਇਨ ਵਿਚ ਸਟੇਟ ਦੱਸੋ ਜੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਇੰਪੋਰਟੈਂਟ ਕੁਐਸਚਨ ਰਾਜ ਹੈ ਉੱਤਰਾਖੰਡ ਉੱਤਰਾਖੰਡ ਨੇ ਬਣਾਇਆ ਚਲੋ ਗਾਰਡਨ ਬਣ ਗਿਆ ਬਿਲਕੁਲ ਸਹੀ ਹੈ ਜੀ ਕਿੰਨੇ ਏਕੜ ਚ ਬਣਿਆ 3 ਏਕੜ ਚ ਬਣਿਆ ਯਾਦ ਰੱਖਣੀ 3 ਏਕੜ ਚ ਬਣਿਆ ਗਾਰਡਨ 3 ਏਕੜ ਚ ਗਾਰਡਨ ਬਣਿਆ ਤੇ 9000 ਫਿਟ ਉੱਚਾ ਹੈਗਾ 9000 ਫਿਟ ਹਾਈਟ ਤੇ ਬਣਿਆ ਹੈ ਹਾਈਟ ਕਿੰਨੀ ਹੈ ਸਿਚੁਏਟਿਡ ਐਟ ਅ ਹਾਈਟ ਆਫ 9000 ਫਿਟ 9000 ਫਿਟ ਦੇ ਉੱਪਰ ਬਣਿਆ ਹੋਇਆ ਠੀਕ ਹੈ ਜੀ 9000 ਫਿਟ ਦੇ ਉੱਪਰ ਬਣਿਆ ਹੋਇਆ ਤੇ ਨਾ ਆਪਣਾ 3 3 ਏਕੜ ਤੇ ਵਿੱਚ ਫੈਲਿਆ ਹੋਇਆ ਹੈ 3 ਏਕੜ ਚ ਫੈਲਿਆ ਹੋਇਆ ਹੈ ਠੀਕ ਰਾਜੇ 3 ਏਕੜ ਚ ਫੈਲਿਆ ਹੋਇਆ ਯਾਦ ਰੱਖਣਾ ਤਾਂ ਉੱਤਰਾਖੰਡ ਠੀਕ ਹੈ ਜੀ ਉੱਤਰਾਖੰਡ ਚ ਗਿਆ ਸੀ ਨਾ ਨਾ ਉੱਤਰਾਖੰਡ ਹੈਗਾ ਸੀਗਾ ਤੇ ਉੱਤਰਾਖੰਡ ਦੀ ਜਗ੍ਹਾ ਹੈਗੀ ਸੀ ਚਕਰਾਤਾ ਚਕਰਾਤਾ ਜ ਬਣਿਆ ਚਕਰਾਤਾ ਉੱਤਰਾਖੰਡ ਦੇ ਚਕਰਾਤਾ ਡਿਸਟ੍ਰਿਕਟ ਚ ਬਣਿਆ ਯਾਦ ਰੱਖਣਾ ਚਕਰਾਤਾ ਡਿਸਟ੍ਰਿਕਟ ਚ ਬਣਿਆ ਉੱਤਰਾਖੰਡ ਦੇ ਇਹ ਵੀ ਤੁਸੀਂ ਯਾਦ ਰੱਖ ਲੈਣਾ ਠੀਕ ਹੈ ਨੈਕਸਟ ਕੁਐਸਚਨ ਦੇਖਨੇ ਆ ਹਾਂਜੀ ਸੀ ਆਪਸ਼ਨ ਹੈ ਬਿਲਕੁਲ ਰਾਈਟ ਜਾ ਰਹੇ ਹੋ ਬਈ ਰਾਈਟ ਜਾ ਰਹੇ ਹੋ ਤੁਸੀਂ ਪੜਨ ਲੱਗੇ ਤੁਸੀਂ ਅੱਜ ਕੱਲ ਬਿਲਕੁਲ ਸਹੀ ਹੈ ਅਰਜنٹინა ਬਿਲਕੁਲ ਸਹੀ ਹੈ ਰਾਈਟ ਆਨਸਰ ਮੈਥ ਦੇ ਰਾਜੇ ਮੈਥ ਦੇ ਕੁイズ ਮੈਥ ਦੇ ਕੁイズ ਦਾ ਵੀ ਪਲਾਨ ਬਣਾ ਲਓ ਮੈਥ ਦੇ ਕੁイズ ਐਕਚੁਅਲੀ ਪੇਡ ਬੈਚਸ ਵਿੱਚ ਕਾਫੀ ਜ਼ਿਆਦਾ ਰਸ਼ ਹੋਣ ਕਰਕੇ ਸਾਡੇ ਤੋਂ ਜਿਹੜਾ ਥੋੜਾ ਦਾ ਮੈਨੇਜ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਠੀਕ ਹੈ ਮੈਨੇਜ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਲਾਸ ਦਾ ਟਾਈਮ ਰਾਜੇ 3 ਤੋਂ 4 ਦਿਨਾਂ ਦੇ ਇਕੱਠੇ ਕਰੰਟ ਅਫੇਅਰ 3 ਤੋਂ 4 ਤਿੰਨ ਤੋਂ 4 ਦਿਨਾਂ ਦੇ ਇਕੱਠੇ ਕਰੰਟ ਅਫੇਅਰ ਹੁੰਦੇ ਰਾਜੇ ਤਾਂ ਕਵਰ ਕਰਵਾ ਦੀਨੇ 9:30 ਜਾਂ 10 ਵਜੇ ਕਲਾਸ ਹੁੰਦੀ ਹੈ ਲਾਈਕ ਤਾਂ ਕਰ ਦਿਓ ਯਾਰ ਲਾਈਕ ਕਰ ਦਿਓ ਸਾਰੇ ਬੱਚੇ ਲਾਈਕ ਕਰ ਦਿਓ ਠੀਕ ਹੈ ਹਾਂਜੀ ਦਸੋ ਜੀ ਰੀਸੈਂਟਲੀ ਰੋਡ ਟਰਾਂਸਪੋਰਟ ਐਂਡ ਹਾਈਵੇ ਮਿਨਿਸਟਰ ਨਿਤਨ ਗਟਕਰੀ ਨੇ ਇਨੋਗ੍ਰੇਸ਼ਨ ਕੀਤਾ ਹੈ ਵਿਚਾਰਾ ਇਨੋਗ੍ਰੇਸ਼ਨ ਕਰਦਾ ਰਹਿੰਦਾ ਬਹੁਤ ਇਨੋਗ੍ਰੇਸ਼ਨ ਕੀਤੇ ਨੇ ਠੀਕ ਹੈ ਜੀ ਤਾਂ ਤਾਂ ਇੱਕ ਜਗ੍ਹਾ ਦਾ ਇਹਨਾਂ ਨੇ ਨੀਂਹ ਪੱਥਰ ਰੱਖਿਆ ਹੈ 616 16ਵਾਂ ਨੈਸ਼ਨਲ ਹਾਈਵੇ ਪ੍ਰੋਜੈਕਟ 16 ਨੈਸ਼ਨਲ ਹਾਈਵੇ 16 ਨੈਸ਼ਨਲ ਹਾਈਵੇ ਪ੍ਰੋਜੈਕਟ ਇਨ ਵਿਚ ਸਟੇਟ 16 ਨੈਸ਼ਨਲ ਹਾਈਵੇ ਬਣਾਉਣੇ ਨੇ ਇਹਨਾਂ ਨੇ 16 ਨੈਸ਼ਨਲ ਹਾਈਵੇ ਬਣਾਉਣੇ ਨੇ ਤਾਂ ਕਿਸ ਸਟੇਟ ਵਿੱਚ ਨਿਤਨ ਗਟਕਰੀ ਨੇ ਉਦਘਾਟਨ ਕੀਤਾ ਕਿਸ ਜਗਾ ਤੇ ਨਿੱਤਨ ਗਟਕਰੀ ਨੇ ਉਦਘਾਟਨ ਕੀਤਾ ਰਾਜ ਦੱਸ ਸਕਦੇ ਕੋ ਬੱਚਾ ਦੱਸੋ ਇਹਦਾ ਸੋ ਲਾਇਬ੍ਰੇਰੀਆਂ ਦਾ ਕਾਫੀ ਜ਼ਿਆਦਾ ਪੇਪਰ ਆਪਣੇ ਕਰਵਾਏ ਹੋਏ ਚੋਂ ਆਜ ਆ ਗਿਆ ਮੈਂ ਤੁਹਾਨੂੰ ਆਲਰੇਡੀ ਵੀਡੀਓ ਪਾ ਕੇ ਜਿਹੜਾ ਮੈਸਜ ਦੱਸਿਆ ਵੀ ਸੀ ਕਿਹੜੇ ਕੁਐਸਚਨ ਚੋਂ ਕਿਹੜਾ ਫਾਈਲ ਚੋਂ ਕਿਹੜਾ ਕੁਐਸਚਨ ਆਇਆ ਸੀਗਾ ਟੈਕਨੀਕਲ ਟੈਕ ਤੁਸੀਂ ਦੇਖ ਲਓ ਨੌਨ ਟੈਕਨੀਕਲ ਚ ਤਾਂ ਨਹੀਂ ਆਉਣਾ ਟੈਕਨੀਕਲ ਦੇ ਵਿੱਚੋਂ ਟੈਕਨੀਕਲ ਦੇ ਵਿੱਚੋਂ ਬਿਲਕੁਲ ਰਾਈਟ ਕੁਐਸਚਨਸ ਆਏ ਨੇ ਬਿਲਕੁਲ ਸਹੀ ਕੁਐਸਚਨਸ ਆਏ ਨੇ ਸਾਡੇ ਮਟੀਰੀਅਲ ਦੇ ਵਿੱਚੋਂ 11ਵਾਂ ਕੁਐਸਚਨ ਦਾ ਆਨਸਰ ਆ ਵਗੈਰਾ ਜੇ ਏ ਮਨੀਪੁਰ ਮਨੀਪੁਰ ਦੇ ਵਿੱਚ ਇਹਨਾਂ ਨੇ 41 ਮਨੀਪੁਰ ਦੇ ਵਿੱਚ ਇਹਨਾਂ ਨੇ ਹਾਂ 4148 ਕਰੋੜ 4148 ਕਰੋੜ ਦੇ ਨਾਲ ਇਹਨਾਂ ਨੇ ਉਦਘਾਟਨ ਕੀਤਾ 16 ਨੈਸ਼ਨਲ ਹਾਈਵੇ ਬਣਾਉਣੇ ਨੇ 16 ਨੈਸ਼ਨਲ ਹਾਈਵੇ ਬਣਾਉਣੇ ਨੇ ਜਿਸ ਨੂੰ ਕੀ ਹੈ ਹਰ ਪਾਸਿਓਂ ਇਹਨਾਂ ਨੇ ਕਨੈਕਟੀਵਿਟੀ ਕਰਨੀ ਹੈ ਹਰ ਪਾਸਿਓਂ ਕਨੈਕਟੀਵਿਟੀ ਕਰਨੀ ਇਹਨਾਂ ਨੇ ਠੀਕ ਹੈ ਜੀ ਤਾਂ ਹਰ ਪਾਸਿਓਂ ਕਨੈਕਟੀਵਿਟੀ ਕਨੈਕਟਵ ਕਨੈਕਟੀਵਿਟੀ ਕਰਨੀ ਹੈ ਠੀਕ ਹੈ ਜੀ ਕਮੈਂਟ ਲੇਟ ਆ ਰਹਾ ਜੀ ਤੁਹਾਡੇ ਕੋਲ ਕੋਈ ਗੱਲ ਰਹਾ ਜੀ ਆ ਰਹੇ ਨੇ ਹਰਮਨ ਸੈਣੀ ਜੀ ਤੁਹਾਡੇ ਕਰੰਟ ਜਿਹੜੇ ਨੇ ਆਪਣੇ ਕਰੰਟ ਆਪਣੇ ਜਿਹੜੇ ਨੇ ਕਮੈਂਟ ਆ ਰਹੇ ਨੇ ਠੀਕ ਹੈ ਜੀ ਟੈਨਸ਼ਨ ਨਾ ਉਸ ਦੀ ਕਮੈਂਟ ਕਮੈਂਟ ਆ ਰਹੇ ਨੇ ਤੁਸੀਂ ਫਸ ਚੱਕੀ ਚੱਲੋ ਕੰਮ ਅੱਛਾ ਨੈਕਸਟ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ काफी ज्यादा इंपोर्टेंट ने, ने, नेक्स्ट मैथ्रू है मैथ्रू कवच।, कवच।, कवच जो प्रोवाइड कर रहे कोविड नाइनटीन वैक्सी जो प्रेग्नेंट प्रेग्नेंट ने प्रैगनेट ने वोमेन्ना वास्ते कंपेन चलाया प्रेग्नेंट वास्ते वोमेन चलाया कोविड नाइनटीन की वैक्सीन करके तो किस स्टेट गवर्नमेंट ने चलाया? तो बच्चे किस ਸਖਦੀਪ ਜੀ ਮਣੀ ਇਹਨਾਂ ਵਾਸਤੇ ਮਣੀ ਦੀ ਕੋਈ ਵੈਲਿਊ ਹੋਵੇ ਤਾਂ ਤਾਂ ਮਣੀ ਦੀ ਵੈਲਿਊ ਸਮਝਣੇ ਕੋਈ ਮਣੀ ਦੀ ਵੈਲਿਊ ਨਹੀਂ ਇਹਨਾਂ ਵਾਸਤੇ ਐਨੀ ਮਣੀ ਦੀ ਵੈਲਿਊ ਹੋਵੇ ਤਾਂ ਦੇਸ਼ ਅੱਗੇ ਕਿਉਂ ਨਾ ਵਧੇ ਦੇਸ਼ ਕਿਉਂ ਨਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦਾ ਮੁਕਾਬਲਾ ਕਰ ਸਕੇ ਮਣੀ ਦੀ ਵੈਲਿਊ ਤਾਂ ਇਹਨਾਂ ਨੂੰ ਪਹਿਲੇ ਦਿਨ ਤੋਂ ਨਹੀਂ ਰਹੀ ਇਹਨਾਂ ਇਹਨਾਂ ਨੇ ਕਿਹੜਾ ਕਮਾਈਆਂ ਕੀਤੀਆਂ ਨੇ ਮੀਨਸ ਇਹਨਾਂ ਨੇ ਕਿਹੜਾ ਆਪ ਖੁਦ ਮਿਹਨਤ ਕਰਕੇ ਨਾ ਕਹਿ ਸਕ ਕੋਦ ਮਿਹਨਤ ਕਰੇ ਦਾ ਪੈਸਾ ਹੋਵੇ ਉਹ ਉਸ ਚੀਜ਼ ਦੀ ਵੈਲਿਊ ਪੈਂਦੀ ਏ ਇਹ ਜਿਵੇਂ ਆਇਆ ਓਵੇਂ ਅੜਾਈ ਜਾਂਦੇ ਨੇ ਸੀ ਕੇਰਲਾ ਐਪ ਚੱਲ ਰਹੀ ਰਾਜੇ ਕਿੰਨੇ ਦਿਨਾਂ ਦੀ ਐਪ ਚੱਲ ਰਹੀ ਠੀਕ ਹੈ ਜੀ ਥੋੜੇ ਟਾਈਮ ਲਈ ਉਹ ਹੈਕ ਹੋਈ ਸੀਗੀ ਚੱਲ ਰਹੀ ਹੈ ਅਗਰ ਤੁਸੀਂ ਆਈਡੀ ਪਾਸਵਰਡ ਭੁੱਲ ਚੁੱਕੇ ਹੋ ਤਾਂ ਆਪਦੀ ਮੇਲ ਆਈਡੀ ਸਾਨੂੰ ਵਟਸਐਪ ਕਰ ਦੇਣਾ ਆਈਡੀ ਪਾਸਵਰਡ ਭੇਜ ਦਾਂਗੇ ਐਪ ਆਲਰੇਡੀ ਚੱਲ ਰਹੀ ਹੈ ਕੇਰਲਾ ਬਿਲਕੁਲ ਸਹੀ ਰਾਜੇ ਕੇਰਲਾ ਵਿੱਚ ਸਟਾਰਟ ਕੀਤਾ ਇਹਨਾਂ ਨੇ ਬਿਲਕੁਲ ਸਹੀ ਹੈ पेड़ कोर्स में जो वो फाइल अपलोड करनी है जिसमें अनुसर पूर्वी शर्मा जी कौन सी फाइल की बात कर रहे हो आप फाइल का नाम बताओ पहले नेक्स्ट क्वेश्चन किया है जी यशपाल शर्मा यशपाल शर्मा दी डेथ होगी और यशपाल शर्मा भी दस सकते बच्चा यशपाल शर्मा की डेथ होगी यशपाल शर्मा की सी दस सकते बच्चा दसो तो जी यशपाल शर्मा की सी ਹਾਂਜੀ ਦੱਸੋ ਰਾਜੇ ਬਿਲਕੁਲ ਸੀਗੇ ਜੀ ক্রিকেট ਨੂੰ ਸਬੰਧ ਰੱਖਦੇ ਸੀ క్రికెਟਰ ਉਸਬੰਧ ਰੱਖਦੇ ਸੀ ਯਸ਼ਪਾਲ ਸ਼ਰਮਾ ਜੀ ਜਿਨ੍ਹਾਂ ਦੀ ਡੈਥ ਹੋ ਗਈ ਠੀਕ ਹੈ ਜੀ ਬੈਟਸਮੈਨ ਸੀਗੇ ਤਾਂ ਪਾਕਿਸਤਾਨ ਦੇ ਖਿਲਾਫ ਇਹਨਾਂ ਨੇ ODI ਦੇ ਵਿੱਚ ਇਹਨਾਂ ਨੇ ਉਦਘਾਟਨ ਆਪਣਾ ਜਿਹੜਾ ਹੈਗਾ ਉਹ ਕੀਤਾ ਸੀਗਾ ਡੈਬਿਊ ਕੀਤਾ ਸੀਗਾ ਠੀਕ ਹੈ ਜੀ ਡੈਬਿਊ ਕੀਤਾ ਸੀ ਇਹਨਾਂ ਨੇ ਨੈਕਸਟ ਕੁਐਸਚਨ ਉਹ ਦੇਖਦੇ ਹਾਂ ਗਗਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਨੈਕਸਟ ਕੁਐਸਚਨ ਦੱਸੋ ਜੀ এনवायरमेंट ਐਂਡ ਲੇਬਰ ਮਿਨਿਸਟਰ ਗੁਪਿੰਦਰ ਜਾਦਵ ਹੈਜ਼ ਬੀਨ ਹੈਵ ਬੀਨ ਇਨਕਲੂਡਡ ਇਨਕਲੂਡਡ ਇਨ ਵਿਚ ਕੈਬਨਟ ਕਮੇਟੀ ਆਫਟਰ ਰੀਸ਼ਫਲਿੰਗ ਡਿਫਰੈਂਟ ਕੈਬਨਿਟ ਕਮੇਟੀਆਂ ਦੱਸੋ ਜੀ ਕੈਬਨਟ ਜਿਵੇਂ ਆਪਣਾ ਮੋਦੀ ਸਾਹਿਬ ਨੇ ਕੀ ਕੀਤਾ ਹੈ ਕੈਬਨਟ ਨੂੰ ਰੀਸ਼ਫਲ ਕੀਤਾ ਠੀਕ ਹੈ ਜੀ ਮੋਦੀ ਨੇ ਕੈਬਨਟ ਨੂੰ ਰੀਸ਼ਫਲ ਕਰਨ ਤੋਂ ਬਾਅਦ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਮੇਟੀਆਂ ਜੋ ਕਮੇਟੀਆਂ ਨੇ ਕੈਬਨਟ ਕਮੇਟੀਆਂ ਵੀ ਬੰਦੇ ਰੀਸ਼ਫਲ ਹੋ ਗਏ ਹਨਾ ਤਾਂ ਭੁਪਿੰਦਰ ਜਾਦਵ ਹੁਣ ਕਿਸ ਕਮੇਟੀ ਦੇ ਵਿੱਚ ਨੇ ਭੁਪਿੰਦਰ ਜਾਦਵ ਕਿਸ ਕਮੇਟੀ ਚ ਨੇ ਕੋਈ ਦੱਸ ਸਕਦਾ ਕੋ ਬੱਚਾ ਕੋਈ ਕੋਈ ਦੱਸ ਸਕਦਾ ਕੋਈ ਕੋਈ ਬੱਚਾ ਕਿਸ ਕਮੇਟੀ ਦੇ ਵਿੱਚ ਨੇ ਭੁਪਿੰਦਰ ਜਾਦਵ ਕੋਈ ਦੱਸ ਸਕਦਾ ਕਿ ਬੱਚਾ ਰਹੇ ਕਮੇਟੀ ਆਫ ਪੋਲੀਟੀਕਲ ਅਫੇਅਰਸ ਨੇ ਜਾਂ ਕਮੇਟੀ ਆਫ ਪ੍ਰਾਇਮਰੀ ਸੋਰੀ ਪਾਰਲੀਮੈਂਟ ਅਫੇਅਰਸ ਨੇ ਜਾਂ ਸਿਕਿਉਰਿਟੀ ਵਿੱਚ ਨੇ ਜਾਂ ਇਨਵੈਸਟਮੈਂਟ ਐਂਡ ਗਰੋਥ ਵਿੱਚ ਨੇ ਕੋਈ ਬੱਚਾ ਦੱਸ ਸਕਦਾ ਕੈਬਨਟ ਕਮੇਟੀ ਔਨ ਪੋਲੀਟੀਕਲ ਅਫੇਅਰ ਕਾਫੀ ਇੰਪੋਰਟੈਂਟ ਕੁਐਸਚਨ ਹੈ ਕੈਬਨਟ ਕਮੇਟੀ ਕੈਬਨਟ ਕਮੇਟੀ ਔਨ ਪੋਲਿਟੀਕਲ ਅਫੇਅਰ ਦੇ ਵਿੱਚ ਨੇ ਇਹ ਗੱਲ ਯਾਦ ਰੱਖ ਲੈਣੀ ਕੈਬਨਟ ਕਮੇਟੀ ਔਨ ਪੋਲਿਟੀਕਲ ਅਫੇਅਰਸ ਨੇ ਕੈਬਨਟ ਕਮੇਟੀ ਔਨ ਪੋਲਿਟੀਕਲ ਅਫੇਅਰਸ ਨੇ ਏ ਆਪਸ਼ਨ ਯਾਦ ਰੱਖ ਲੈਣੀ ਏ ਆਪਸ਼ਨ ਆਵੇਗੀ ਕੈਬਨਟ ਕਮੇਟੀ ਔਨ ਪੋਲਿਟੀਕਲ ਅਫੇਅਰਸ ਠੀਕ ਹੈ ਜੀ ਏ ਆਪਸ਼ਨ ਹੈਗੀ ਏ ਆਪਸ਼ਨ ਯਾਦ ਰੱਖ ਲੈਣੀ ਠੀਕ ਹੈ ਜੀ ਏ ਆਪਸ਼ਨ ਹੈ ਏ ਆਪਸ਼ਨ ਯਾਦ ਰੱਖ ਲੈਣੀ ਕੈਬਨਟ ਕਮੇਟੀ ਔਨ ਪੋਲਿਟੀਕਲ ਅਫੇਅਰਸ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਵਿਚ ਬ ਟੂ ਸਕੋਰ ਕਿੰਨੇ ਸਕੋਰ ਨੇ ਬਣਾਏ ਨੇ 14000 ਰਨ ਸਿੰ ਟ20 ਟ20 14000 ਰਨ ਪੂਰੇ ਕਰਨ ਵਾਲਾ ক্রিকেট ਬੈਸਟਮੈਨ ਕਿਹੜਾ ਹੈ ਉਹ ਕਿਹੜਾ ক্রিকেট ਖਿਡਾਰੀ ਹੈ ক্রিকেট ਖਿਡਾਰੀ ਹੈ ਠੀਕ ਹੈ ਜੀ ਦੱਸੋ ਜੀ ਬੈਸਟਮੈਨ ਕਿਹੜਾ ਰਾਜੇ ਪੀਪੀਐਸਸੀ ਵੈਕੈਂਸੀਜ਼ ਕਾਢ ਰਹੀ ਰਾਜੇ ਬਹੁਤ ਜਲਦੀ ਪੀਪੀਐਸਸੀ ਦੀਆਂ ਵੈਕੈਂਸੀਜ਼ ਆ ਰਹੀਆਂ ਨੇ ਤਾਂ ਤੁਸੀਂ ਐਵੇਂ ਦੇ ਮਿਨਿਸਟਰੀ ਰਿਲੇਟਿਡ ਰਿਲੇਟਿਡ ਕੁਐਸਚਨਸ ਕਾਫੀ ਜ਼ਿਆਦਾ ਕਰਕੇ ਜਾਇਆ ਕਰੋ ਠੀਕ ਹੈ ਕ੍ਰਿਸ ਗੇਲ ਬਿਲਕੁਲ ਸੀ ਕ੍ਰਿਸ ਗੇਲ ਪਹਿਲੇ ਖਿਡਾਰੀ ਬਣ ਗਏ ਨੇ ਜਿਨ੍ਹਾਂ ਨੇ ਕਿ 14 14000 ਰਨ ਪੂਰੇ ਕਰ ਲੈਨੇ ਆਸਟ੍ਰੇਲੀਆ ਦੇ ਖਿਲਾਫ ਮੈਚ ਸੀਗਾ ਠੀਕ ਹੈ ਜੀ ਆਸਟ੍ਰੇਲੀਆ ਦੇ ਖਿਲਾਫ ਮੈਚ ਸੀਗਾ ਠੀਕ ਹੈ ਜੀ ਤਾਂ ਉਹਨਾਂ ਨੇ ਆਪਣੇ 14000 ਰਨ ਪੂਰੇ ਕੀਤੇ ਨੇ ਤਾਂ T20 ਵਿੱਚ ਟੌਪ 5 ਜੇ ਪੋਸਸ਼ਨ ਫਰਸਟ ਨੰਬਰ ਤੇ ਆਉਂਦੇ ਨੇ ਕ੍ਰਿਸ ਗੇਲ ਸੈਕੰਡ ਨੰਬਰ ਤੇ ਆਉਂਦੇ ਨੇ ਪੁਲਾਟ ਠੀਕ ਹੈ ਜੀ ਪੁਲਾਟ ਸੈਕੰਡ ਨੰਬਰ ਤੇ ਆਉਂਦੇ ਨੇ ਵੈਸਟ ਇੰਡੀਜ਼ ਦੇ ਇਹਨੇ ਪੁਲਾਟ 10000 ਪਲੱਸ ਰੰਸ ਨੇ ਮਲਕ ਪਾਕਿਸਤਾਨ ਦੇ ਸਵਾ ਮਲਕ 10000 ਰਨ ਨੇ ਉਹਨਾਂ ਦੇ ਵੀ ਉਹ 3rd ਨੰਬਰ ਤੇ ਆਉਂਦੇ ਨੇ ਠੀਕ ਹੈ ਜੀ ਨੈਕ ਵਾਰਨਰ ਆਸਟ੍ਰੇਲੀਆ ਦੇ ਵਾਰਨਰਸ ਨੇ ਉਹ ਉਹਨਾਂ ਦੇ ਵੀ 10000 ਰਨ ਨੇ ਐਂਡ ਆਪਣੇ ਕੋਹਲੀ ਸਾਹਿਬ ਦੇ ਹੈਗੇ ਨੇ 99 192 ਰਨ ਵਿਰਾਟ ਕੋਹਲੀ ਦੇ ਕਿੰਨੇ ਨੇ 99 192 ਰਨ ਨੇ ਠੀਕ ਹੈ ਜੀ उस तो पहला ना जिन्हा का नाम आया पुलाड़ आ गए ठीक है जी मलक आ गए एंड वार्नर आ गए उस तो बादल का नाम आन आ गया अपने कौन? क्रिस गेल आ गए गे, ठीक है जी चलो नैक्सट वे पहुँचते नैक्सट क्वेश्चन की है जी हु हैज बी हैज बिकम द ओलडस्ट गोल्ड गोल्ड स्कोर हाँ जी इन हिस्टरी ऑफ द यूरो फैनल दसो जी ओल्डस्ट गोल्ड स्कोर कौन सी सब तो पुराने गोल करने वाला कौन सी दसो जी सब, सब तो पुराना गोल करने वाला काफ़ी ज्यादा इंपॉर्टेंट क्वेश्चन है काफी ज्यादा इंपॉर्टेंट क्वेश्चन राजे छेवें आंसर सोलवें सोलवें आंसर दा दस दो सोलवें आंसर दा दस दो राज्य लर्नांडो बॉन्नाडो बॉन्सी नाम है राजे याद रख लेना बी ऑप्शन आएगी राजी बी ऑप्शन आवेगी ऑप्शन कैटला रख दिया चलो बी ऑप्शन आवेगी राजन चलो नैक्सट क्वेश्चन मैं बच दिया नैक्सट क्वेश्चन की है रिसेंटली हरियाणा गवर्नमेंट ने पोस्टपोन किया खेलो इंडिया यूथ गेम्स दो हज़ार इक्की कोविड करके हरियाणा गवर्नमेंट ने एक्शन लिया क्योंकि हरियाणा गवर्नमेंट ने वैसे भी छब्बी जुलाई तक लॉकडाउन वधाता तुम सबू पता है एक हफ्ते का होर उन्होंने लॉकडाउन वधाता है हरियाणा गवर्नमेंट ने, ने। तो इन्होंने की करता इन्होंने खेल इंडिया youth games 2021 ਨੂੰ ਪੋਸਟਪੌਨ ਕਰਤਾ ਕਹਿੰਦੇ ਅਸੀਂ ਨਹੀਂ ਕਰਾਉਣੀਆ ਕੋਵਿਡ ਚੱਲਦਾ ਪਿਆ ਤਾਂ ਆ ਉਹ ਵਾਲਾ ਪੋਸਟਪੌਨ ਠੀਕ ਹੈ ਜੀ ਟਿਲ ਵਿੱਚ ਇਅਰ ਕਿਸ ਸਾਲ ਤੱਕ ਉਹਨਾਂ ਨੇ ਪੋਸਟਪੌਨ ਕੀਤਾ ਕਿਸ ਸਾਲ ਤੱਕ ਉਹਨਾਂ ਨੇ ਪੋਸਟਪੌਨ ਕਰਤਾ ਰਹੇ 2022 ਤੱਕ ਕੀਤਾ ਹੈ ਬਿਲਕੁਲ ਸਹੀ ਹੈ ਤੁੱਕਾ ਲਾਉਣਾ ਵੀ ਹੋਵੇ ਤਾਂ ਤੁਸੀਂ ਲਗਾ ਸਕਦੇ ਹੋ ਇੱਕ ਸਾਲ ਉਹ ਇੱਕ ਸਾਲ ਤੱਕ ਕੀਤਾ ਹੋਵੇਗਾ ਐਨੇ ਸਾਲ ਤੱਕ ਕਰਨ ਹੋ ਰਹਿ ਐਨੇ ਸਾਲ ਤਾਂ ਇਹਨਾਂ ਨੂੰ ਨਹੀਂ ਪਤਾ ਵੀ कोविड महाराज रहने की रेनी ठीक है जी मनोहर लाल खट्टर इथों दे सीएम ने ਤੁਹਾਨੂੰ ਸਭ ਨੂੰ ਪਤਾ ਹੈ ਚਲੋ ਨੈਕਸਟ ਕੁਐਸਚਨ ਦੱਸੋ ਜੀ ਨੈਕਸਟ ਕੁਐਸਚਨ ਕੀ ਹੈ ਹੂ ਹੈਜ਼ ਬੀਨ ਸਿਲੈਕਟਡ ਫॉर द हां जी ਹੁਣ ਇੱਥੇ ਅਵਾਰਡ ਦਾ ਨਾਮ ਆਇਆ ਅਵਾਰਡ ਦਾ ਨਾਮ ਆ ਬਹਿਰੇਨ ਕਿ ਕੇਲਿਆ ਸਮਾਜਮ 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 ਠੀਕ ਹੈ ਜੀ ਨਾਮ ਯਾਦ ਰੱਖਣਾ ਬਹਿਰੇਨ ਬਹਿਰੇਨ ਕੇਲਿਆ ਸਮਾਜਮ जो बी के एस लिटरेचर का अवार्ड मिलता है लिटरेचर अवार्ड मिलता है किसनू मिले है राजे किसू मिल काफी इंपोर्टेंट क्वेश्चन है डी ऑप्शन राजे डी ऑप्शन है ओम चैरी एन एन ਪਰੇ ਓਮ ਚੈਰੀ ਐਨ ਐਨ ਪਲੇ ਬਿਲਕੁਲ ਰਾਈਟ ਅਨਸਰ ਆ ਗਿਆ ਡੀ ਆਪਸ਼ਨ ਹੈ ਡੀ ਆਪਸ਼ਨ ਰਾਜਾ ਠੀਕ ਹੈ ਜੀ ਤਾਂ ਇਹ ਡੀ ਆਪਸ਼ਨ ਆਵੇਗੀ ਓਮ ਚੈਰੀ ਐਨ ਐਨ ਪਲੇ ਇਜ਼ ਦਾ ਰਾਈਟ ਅਨਸਰ ਜਿਨਾਂ ਨੂੰ ਐਵਾਰਡ ਮਿਲਿਆ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਵੇਖੋ ਜੀ ਨੈਕਸਟ ਕੁਐਸਚਨ ਕੀ ਹੈ ਇਨ ਵਿਚ ਵਿਚ ਨੇਬਰਿੰਗ ਕੰਟਰੀ ਆਪਣੇ ਕਿਹੜੇ हाँ जी दसो राजो काफी इंपोर्टेंट क्वेश्चन है काफी इंपोर्टेंट क्वेश्चन है अपना राजे ठीक है दस सकते कोई बच्चा नेपाल राजे नेपाल राजे बिल्कुल सही आंसर आ जाएगा नेपाल ठीक है जी नेपाल राजे बिल्कुल नेपाल है ਠੀਕ ਹੈ ਜੀ 네ਪਾਲ ਨਾਲ ਨੇ ਨਾ ਕੀ ਕੀਤਾ 네ਪਾਲ ਨਾਲ ਨੇ ਸਮਝੌਤਾ ਕੀਤਾ ਹੈ 네ਪਾਲ ਨਾਲ ਐਗਰੀਮੈਂਟ ਕੀਤਾ ਹੈ ਰੇਲ ਸਰਵਿਸ ਐਗਰੀਮੈਂਟ ਕੀਤਾ ਇਹਨਾਂ ਨੇ ਇੰਡੀਆ ਨੇ ਇੰਡੀਆ ਵਾਲਿਆਂ ਨੇ ਠੀਕ ਹੈ ਜੀ ਆਜੋ ਸਾਰੇ ਵਾਪਸ ਆਪਾਂ ਕਲਾਸ ਕੰਟੀਨਿਊ ਕਰ ਰਹੇ ਆਪਣੀ ਠੀਕ ਹੈ ਜੀ ਸਾਰੇ ਵਾਪਸ ਆਜੋ ਕਲਾਸ ਕੰਟੀਨਿਊ ਹੋ ਰਹੀ ਹੈ ਹਾਂ ਜੀ ਨੈਕਸਟ ਕੁਐਸਚਨ ਵਾਲੇ ਪਹੁੰਚਦੇ ਆਪਾਂ ਨੈਕਸਟ ਕੁਐਸਚਨ ਕੀ ਹੈ ਦਾ ਬੁੱਕ ਟਾਈਟਲ ਐਸ ਦਾ ਸਟਰਗਲ ਵਿਦਿਨ the struggle within a memory of emergency a memory of emergency emergency wali memory si gi theek raje emergency memory si ta dass da jo bachcha ta in da author kaun hai kafi important question hai author kaun hai in da author kaun hai raje in da dass da jo bachcha kafi important question hai author kaun hai in da haan ji haan ji captain sahab de raj apan jo current affair karwa rahe ha usdi class captain sahab jaldi puri nahi honde hunde tuhanu sab nu pata hai सी फॉर captain, C फॉर कट ठीक है जी चलो हाँ जी सुखदीप कौर जी दसो आंसर ते द स्ट्रगल विद इन ए, ए मैमरी ऑफ द एमरजेंसी किसका आंसर है की आंसर आ जिया काफ़ी ज्यादा इंपोर्टेंट क्वेश्चन है की बी आंसर बी आंसर क्यों क्यों लाया अशोक चक्कर चक्रवर्ती अशोक चक्रवर्ती होगा मैंने आंसर लाया है अशोक चक्रवर्ती होगा आंसर अशोक ए आंसर होगा अशोक चक्रवर्ती ठीक है जी अशोक चक्रवर्ती आंसर होगा राजे इनका की है द बुक द बुक टाइटल एज द स्ट्रगल विद इन ए मैमरी ऑफ द एमरजेंसी याद रखना ठीक है जी काफ़ी इंपोर्टेंट क्वेश्चन है नैक्सट क्वेश्चन वाद नैक्सट क्वेश्चन की है जी विच कंट्री विल होस्ट के होस्ट कर रही है वर्ल्ड बैडमिंटन चैंपियनशिप दो हज़ार छब्बी दसो जी के होस्ट कर रही है वर्ल्ड बैडमिंटन चैंपियनशिप दो हज़ार छब्बी दो हज़ार छब्बी ब बैडमिंटन चैंपियनशिप किंट्री होस्ट कर रही है दसो जी दो हज़ार छब्बी का किंट्री होस्ट कर रही है काफ़ी ज्यादा इंपोर्टेंट क्वेश्चन है अपने को इंडिया होस्ट कर रही है कि अपना चाइना होस्ट कर रहा है इंडिया होस्ट ਕਰ ਰਿਹਾ ਬਿਲਕੁਲ ਗਰਗ ਸਾਹਿਬ ਨੇ ਅਨਸਰ ਦਿੱਤਾ इंडिया होस्ट ਕਰ ਰਿਹਾ ਬਿਲਕੁਲ ਸਹੀ ਜੀ 2026 ਦੀ ਜੋ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਹੋਣੀ ਹੈ ਉਹ ਇੰਡੀਆ ਹੋਸਟ ਕਰ ਜਾ ਰਹੀ ਹੈ ਉਹ ਕੀ ਕਰ ਰਿਹਾ ਇੰਡੀਆ ਹੋਸਟ ਕਰ ਰਿਹਾ ਬਿਲਕੁਲ ਸਹੀ ਅਨਸਰ ਹੈ ਇੰਡੀਆ ਕੀ ਇੰਡੀਆ ਹੋਸਟ ਕਰ ਰਿਹਾ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੱਸੋ ਜੀ ਤਾਂ ਕਿੰਨੇ ਪਰਸੈਂਟ ਹਾਈਕ ਦਿੱਤਾ ਹੈ ਡੀਏ ਡੀਏ ਜੋ ਡੇਰ ਡੇਰੈਂਸ ਅਲਾਉਂਸ ਅਲਾਉਂਸਸ ਹੁੰਦਾ ਹੈ ਤਾਂ ਡੀਏ ਨੂੰ ਕਿੰਨਾ ਪਰਸੈਂਟ ਹਾਈਕ ਦਿੱਤਾ ਹੈ ਸੈਂਟਰ ਸਰਕਾਰ ਦੇ EMPLOYEES ਵਾਸਤੇ ਠੀਕ ਹੈ ਜੀ ਐਂਡ ਐਂਡ ਦਾ ਜੋ ਪੈਨਸ਼ਨਰਸ ਨੇ ਪੈਨਸ਼ਨਸ ਤੇ ਜਿੰਨੇ ਵੀ ਸੈਂਟਰ ਸਰਕਾਰ ਦੇ ਜੋ ਹੈਗੇ ਨੇ ਬੰਦੇ ਸੈਂਟਰ ਸਰਕਾਰ ਦੇ ਕਹਿ ਦੋ ਵੀ EMPLOYEES ਨੇ ਉਹਨਾਂ ਨੂੰ ਹਾਈਕ ਮਿਲਿਆ ਕਿੰਨੇ ਪਰਸੈਂਟ ਹਾਈਕ ਮਿਲਿਆ ਕਿੰਨੇ ਪਰਸੈਂਟ ਹਾਈਕ ਮਿਲਿਆ ਰਾਜੇ 28 ਮਿਲਿਆ 23 ਮਿਲਿਆ 17 ਮਿਲਿਆ 19 ਮਿਲਿਆ ਕਿ 30 ਮਿਲਿਆ ਕਾਫੀ ਜਿਆਦਾ ਇੰਪੋਰਟੈਂਟ ਕੁਐਸਚਨ ਰਜ ਦੱਸ ਸਕਦਾ ਕਿ ਬੱਚਾ 28% ਹਾਈਕ ਮਿਲਿਆ ਰਾਹੀ 28% ਹਾਈਕ ਮਿਲਿਆ 28 28% ਹਾਈਕ ਮਿਲਿਆ ਪਹਿਲਾਂ 17% ਸੀ 17 ਤੋਂ ਇਹਨਾਂ ਨੇ 28 ਕਰਤਾ 28% ਹਾਈਕ ਮਿਲਿਆ ਯਾਦ ਰੱਖ ਲੈਣਾ ਸੀ ਆਪਸ਼ਨ ਆਏਗਾ 28% ਇਹਨਾਂ ਨੂੰ ਹਾਈਕ ਮਿਲਿਆ ਠੀਕ ਹੈ ਜੀ 28% ਮੀਨਸ ਟੋਟਲ 11% ਹਾਈਕ ਮਿਲਿਆ ਤਾਂ ਪਹਿਲਾਂ ਕਿੰਨਾ ਸੀ 17 17 ਤੋਂ ਕਿੰਨਾ ਪਹੁੰਚ ਗਿਆ 28% ਦਾ ਪਹੁੰਚ ਗਿਆ ਡੀ ਆਪਣਾ 28% ਤੇ ਪਹੁੰਚ ਗਿਆ ਚਲੋ ਨੈਕਸਟ ਕੁਐਸਚਨ ਦੱਸੋ ਜੀ ਇਹ ਇੰਡੀਆਸ ਐਂਡ ਏਸ਼ੀਆਸ ਫਰਸਟ ਨੈਸ਼ਨਲ ਡੋਲਫਿਨ ਡੋਲਫਿਨ ਰਿਸਰਚ ਸੈਂਟਰ ਡੋਲਫਿਨਸ ਨੈਸ਼ਨਲ ਡੋਲਫਿਨ ਰਿਸਰਚ ਸੈਂਟਰ ਤੁਹਾਨੂੰ ਪਤਾ ਹੈ ਮੱਛੀਆਂ ਵਾਲਾ ਹੁੰਦਾ ਤਾਂ ਤਾਂ ਇਹ ਕਿ ਕਿਹੜੀ ਨਦੀ ਉੱਪਰ ਬਣਾਇਆ ਗਿਆ ਕਿਸ ਨਦੀ ਉੱਪਰ ਇਹਨਾਂ ਨੂੰ ਕਿਸ ਕੰਟਰੀ ਵਿੱਚ ਕਿਸ ਨਦੀ ਉੱਪਰ ਬਣਾਇਆ ਗਿਆ ਗੰਗਾ ਦੀ ਕਿਸ ਕੰਟਰੀ ਕਿਸ ਸਿਟੀ ਦੇ ਉੱਪਰ ਬਣਾਇਆ ਗਿਆ ਮੀਨਸ ਕਹਿਣ ਦਾ ਮਤਲਬ ਹੈ ਗੰਗਾ ਨਦੀ ਦੇ ਕਿਨਾਰੇ ਇਹਨਾਂ ਨੇ ਕੀ ਬਣਾਇਆ ਨੈਸ਼ਨਲ ਡਾਲਫਿਨ ਰਿਸਰਚ ਸੈਂਟਰ ਬਣਾਇਆ ਠੀਕ ਹੈ ਰਾਜੇ ਤਾਂ ਕਿਸ ਸਿਟੀ ਦੇ ਉੱਪਰ ਕਿਸ ਸਿਟੀ ਦੇ ਵਿੱਚ ਬਣਾਇਆ ਕਿਸ ਸਿਟੀ ਦੇ ਵਿੱਚ ਬਣਾਇਆ ਕੋਈ ਬੱਚਾ ਦੱਸ ਸਕਦਾ ਕਿਸ ਸਿਟੀ ਦੇ ਵਿੱਚ ਬਣਾਇਆ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਰਾਜੇ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਮਾਇਡਲ ਹਿਸਟਰੀ ਦੇ ਨਾਲ ਆਨਸਰ ਹੈਗੇ ਨੇ ਚੈੱਕ ਕਰ ਲਓ ਸਹੀ ਮਾਇਡਲ ਹਿਸਟਰੀ ਦੇ ਨਾਲ ਆਨਸਰ ਹੈਗੇ ਨੇ ਥੱਲੇ ਚੈੱਕ ਕਰੋਗੇ ਨਾਲ ਆਨਸਰ ਹੀ ਆ ਜਾਂਦੇ ਨੇ ਥੱਲੇ ਫਾਈਲ ਦੇ ਥੱਲੇ ਅਗਰ ਤੁਸੀਂ ਹਿਸਟਰੀ ਕੰਪਲੀਟ ਹਿਸਟਰੀ ਕੰਪਲੀਟ ਹਿਸਟਰੀ ਦੇ MCQ ਫਾਈਲ ਦੀ ਗੱਲ ਕਰ ਰਹੇ ਹੋ ਤਾਂ ਥੱਲੇ ਆਨਸਰ ਹੈਗੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਪਟਨਾ ਨਦ ਪਟਨਾ ਸ਼ਹਿਰ ਦੇ ਪਟਨਾ ਸ਼ਹਿਰ ਬਿਲਕੁਲ ਸਹੀ ਪਟਨਾ ਦੇ ਬਣਾਇਆ ਜੀ ਪਟਨਾ ਬਿਲਕੁਲ ਸਹੀ ਆਨਸਰ ਜੀ ਪਟਨਾ ਠੀਕ ਹੈ ਜੀ ਪਟਨਾ ਦੇ ਉੱਪਰ ਬਣਾਇਆ ਇਹਨਾਂ ਨੇ ਕੀ ਬਣਾਇਆ ਇਹਨਾਂ ਨੇ ਆਪਣਾ ਡਾਲਫਿਨ ਰਿਸਰਚ ਜੋ ਆਹ ਸੈਂਟਰ ਬਣਾਇਆ ਗਿਆ ਠੀਕ ਹੈ ਨਾ ਜੀ ਚਲੋ ਨੈਕਸਟ ਕੁਐਸਚਨ ਕੀ ਹੈ ਵਿਦ ਇਨ ਵਿਚ ਕੰਟਰੀ ਇੰਡੀਆ ਹੈਜ਼ ਲਾਂਚ ਪੀਮ ਯੂਪੀਆਈ ਕਿਊ ਆਰ ਬੇਸਡ ਪੇਮੈਂਟ ਕਿਸ ਕੰਟਰੀ ਦੇ ਵਿੱਚ ਲਓ ਜੀ ਭਾਰਤ ਨੇ ਹੁਣ ਕੀ ਕੀਤਾ ਭਾਰਤ ਬਾਕੀ ਦੇਸ਼ਾਂ ਵਿੱਚ ਵੀ ਆਪਣਾ ਪੀਮ ਯੂਪੀਆਈ ਲੈ ਕੇ ਜਾ ਰਿਹਾ ਹੈ ई क्यू आर बेस पेमेंट सिस्टम भारत ने किस देश के स्टार्ट किया नेपाल किया भूटान किया है म्यानम म्यांमार किया बंगलादेश या थाईलैंड किया ठीक है दस दोग कोई बच्चा बच्चा दस दो हाँ जी दस तो कोई बच्चा राजे भूटान च किया राजे भूटान च भूटान च किया ठीक है थीके? ਇਹ ਯਸਤਾ ਜੋ 네이버ਹੂਡ ਫਰਸਟ 네이버ਹੂਡ ਫਰਸਟ ਪੁਟਾਂਚ ਕੀਤਾ ਹੈ ਤਾਂ 네이버ਹੂਡ ਫਰਸਟ ਇੰਡੀਆ ਦੀ ਜੋ ਇੱਕ ਟੈਗਲਾਈਨ ਇੰਡੀਆ ਨੇ ਸਟਾਰਟ ਕੀਤਾ ਹੈ ਪਾਲਿਸੀ ਸਟਾਰਟ ਕੀਤੀ ਹੈ 네이버ਹੂਡ ਫਰਸਟ ਯਾਦ ਰੱਖ ਲੈਣਾ 네이버ਹੂਡ ਫਰਸਟ ਨਾਮ ਤੋਂ ਇੰਡੀਆ ਨੇ ਇੱਕ ਪਾਲਿਸੀ ਸਟਾਰਟ ਕੀਤੀ ਹੈ ਜਿਸ ਦੇ ਵਿੱਚ ਪੁਟਾਂ ਦੇ ਵਿੱਚ ਪੀਮ ਯੂਪੀਆਈ ਕਿਊਆਰ ਬੇਸਡ ਇਹਨਾਂ ਨੇ ਪੇਮੈਂਟ ਸਿਸਟਮ ਸਟਾਰਟ ਕੀਤਾ ਠੀਕ ਹੈ ਜੀ ਚਲੋ बिल्कुल राजे आंसर थले ने आंसर सारे फाइल जो देखोगे सारे आंसर थले कंप्लीट फाइल देखो कंप्लीट फाइल थले आंसर दिते हुए हैं हाँ जी तो होम मिनिस्टर अमित शाह अमित शाह जी ने की इनोग्रेसन किया रिसर्च बेस्ड सेंटर फॉर एक्सीलेंस इन विच सिटी तो रिसर्च बेस्ड सेंटर का इन्हों उद्घाटन किया रिसर्च बेस सेंटर फॉर एक्सीलेंस दस सकते हो बच्चा इनोग्रेसन किया जे रिसर्च बेस सेंटर फॉर एक्सीलेंस ठीक है जी अमित शाह ने किया किस थे अमित शाह ने किया दस सको बच्चा गांधीनगर गांधी राजे ये ऑप्शन गुजरात गांध गुजरात आवे गुजरात गांधी गांधीनगर से किया राजे गांधीनगर ने, 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 नेशनल फ्रांसिस फ्रांसिस साइंस यूनिवर्सिटी है नेशनल excellence ダलमनी नेशनल फ्रांसिस साइंस यूनिवर्सिटी एक ये गांधीनगर ਦੇ ਵਿੱਚ ਠੀਕ ਹੈ ਇਹ नेशनल फ्रांसिस साइंस यूनिवर्सिटी गांधीनगर ਦੇ ਵਿੱਚ ਜਿੱਥੇ ਕੀ ਇਹ ਅਮਿਤ ਸ਼ਾ ਨੇ ਉਦਘਾਟਨ ਕੀਤਾ ਹੈ ਰਿਸਰਚ ਬੇਸਡ ਸੈਂਟਰ ਫॉर ਐਕਸਲੈਂਸ ਦਾ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਕੀ ਹੈ ਜੀ ਐਕਸਟਰਨਲ ਅਫੇਅਰ ਮਿਨਿਸਟਰ ਐਸ जय शंकर एस जय शंकर ਨੇ ਇੱਕ ਇੱਕ ਸਟੈਚੂ ਇੱਕ ਜੋ ਇੱਕ ਇੱਕ ਮਹਾਤਮਾ ગાંધી ਦਾ ਸਟੈਚੂ ਸਟੈਚੂ ਹੈ ਨਾ ਤਾਂ ਮੂਰਤੀ ਮਹਾਤਮਾ ગાંધી ਜੀ ਦੀ ਉਸ ਦਾ ਇੱਕ ਉਦਘਾਟਨ ਕੀਤਾ ਇਨੋਗ੍ਰੇਸ਼ਨ ਕੀਤਾ ਠੀਕ ਹੈ ਉਹਨੂੰ ਅਨਵੈਲਡ ਕੀਤਾ ਠੀਕ ਹੈ ਜੀ ਤਾਂ ਕਿਸ ਕੰਟਰੀ ਚ ਕੀਤਾ ਰਸ਼ੀਆ ਕੀਤਾ ਹੈ ਜਾਂ ਅਰਜਬਾਈ ਜਾਣ ਕੀਤਾ ਹੈ ਜਾਂ ਯੂਰੇਈਆ ਕੀਤਾ ਜਾਂ ਤੁਰਕੀ ਕੀਤਾ ਜਾਂ ਅਰਮਾਨੀਆ ਕੀਤਾ ਦੱਸ ਦੇ ਕੋ ਬੱਚਾ काफ़ी ज्यादा इंपॉर्टेंट क्वेश्चन राजे काफ़ी ज़्यादा इंपॉर्टेंट क्वेश्चन है पटवारी ली राजे जगदीश सिंह जी पटवारी ली तुम करो घटो घट भी तीन मंथ घटो घट भी पटवारी ली करो सॉरी तीन मंथ नहीं याद जा, ज्यादा रख लो फरवरी फरवरी टू जुलाई फिफ्टीन फरवरी टू जुलाई फिफ्टीन तक करो राजे करंट अफेयर फरवरी टू जुलाई फिफ्टीन करो करंट अफेयर सी ऑप्शन बिल्कुल सही है जी जो रजिया बिल्कुल सही है हाँ जी नेक्स्ट क्वेश्चन की है हू हैज बिकम द फर्स्ट इंडियन टू सिलेक्ट ठीक है जी द जज जज चुना गया ठीक है जी जजिंग द जो जो एक मुकाबलेबाजी होंगी है मुकाबले कहरी होंगी है जिमनैसटिक चैंपियनशिप ठीक है जी इन द ओलंपिक गेम्स दसो जी किसान जज चुने गया किसू जज चुने गया ਰਾਏ ਫਾਈਲ ਜਿਵੇਂ ਅੱਡ-ਅੱਡ ਫਾਈਲ ਅੱਡ-ਅੱਡ ਤਰੀਕੇ ਨਾਲ ਬੰਦਦੀ ਏ ਇਹ ਪੋਸਿਬਿਲਟੀ ਨਹੀਂ ਕਿ ਤੁਹਾਨੂੰ ਇੱਕ ਫਾਈਲ ਤੁਸੀਂ ਤੁਸੀਂ ਇਹਨਾਂ ਕਰ ਸਕਦੇ ਹੋ ਜਿੰਨੇ ਤੁਸੀਂ ਕੁਐਸਚਨ ਪੜ੍ਹ ਰਹੇ ਹੋ ਮੰਨ ਕੇ ਚਲੋ ਤੁਸੀਂ 50 ਕੁਐਸਚਨ ਪੜ੍ਹ ਰਹੇ ਹੋ ਆਪਦੇ ਫੋਨ 'ਚ ਉਹਨਾਂ ਦੀ ਫੋਟੋ ਖਿੱਚ ਲਓ ਦੂਜੇ ਫੋਨ 'ਚ ਫੋਟੋ ਖਿੱਚ ਲਓ ਨਾਲ ਤੁਹਾਨੂੰ ਉਸ ਦੇ ਨਾਲ ਅਨਸਰ ਰੱਖ ਲਓ ਆਪਦੇ ਇਹ ਪੋਸਿਬਿਲਟੀ ਨਹੀਂ ਹੁੰਦੀ ਵੀ ਨਾਲ ਅਨਸਰ ਇੱਕ-ਇੱਕ ਕੁਐਸਚਨ ਦੇ ਨਾਲ-ਨਾਲ ਅਨਸਰ ਰੱਖਿਆ ਜਾਂਦਾ ਠੀਕ ਹੈ ਜੀ ਫਾਈਲ ਦੇ ਹਮੇਸ਼ਾ ਐਂਡ ਤੇ ਅਨਸਰ ਬੰਦੇ ਹੁੰਦੇ ਨੇ ਹਰੇਕ ਟੀਚਰ ਦਾ ਆਪਣਾ ਫਾਈਲ ਬਣਾਉਣ ਦਾ ਤਰੀਕਾ ਹੁੰਦਾ ਆਪਣਾ ਵੇ ਹੁੰ ਦੀਪਕ ਕੈਮਰਾ ਦੀਪਕ ਕੈਮਰਾ ਜੀ ਨੂੰ ਬਣਾਇਆ ਗਿਆ ਇਹਨਾਂ ਨੇ ਜੱਜ ਬਣਾਇਆ ਗਿਆ ਠੀਕ ਹੈ ਚਲੋ ਪੀ ਟ੍ਰਿਪਲ ਐਸ ਵੀ ਆਤ ਲੈਣ ਦੋ ਰਾਜੇ ਅਜੇ ਪੀ ਟ੍ਰਿਪਲ ਐਸ ਵੀ ਬਾਅਦ ਦੱਸਾਂਗੇ ਤੁਹਾਨੂੰ ਤਾਂ ਮਿਸਟਰ ਵੰਡਰਫੁਲ ਮਿਸਟਰ ਵੰਡਰਫੁਲ ਜਿਨ੍ਹਾਂ ਨੂੰ ਪਾਲ ਪੋਇਲ ਜੋ ਪਾਲ ਪਾਲ ਅਨਫਰਡ ਜੋ ਮਿਸਟਰ ਵੰਡਰਫੁਲ ਸੀਗੇ ਉਹ ਪਾਸਟ ਹੋਵੇ ਹੋਗੇ ਕਿਸ ਵਾਸਤੇ ਫੇਮਸ ਸੀਗੇ ਕਿਵੇਂ ਫੇਮਸ ਸੀ ਉਹ ਬੌਕਸਰ ਸੀ ਐਕਟਰ ਸੀ ਕ੍ਰਿਕਟਰ ਸੀ ਫੁੱਟਬਾਲਰ ਸੀ ਜਾਂ ਰੈਸਲਰ ਸੀ ਦਸਤੌਰੇ ਬੱਚਾ ਕਾਫੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਮਿਸਟਰ ਵੰਡਰਫੁਲ ਦੇ ਨਾਮ ਤੇ पहलवान से राजे ठीक है जी पहलवान से याद रखना किसी? Question, की पहलवान बिल्कुल सही आंसर राजे नैक्सट क्वेश्चन मैं मतलब वेखने नैक्सट क्वेश्चन की इंडियन काउंसिल ऑफ फॉर कल्चरल रिलेन कल्चर रिलेशन ने एक सैटअप किया की सैटअप किया उन्होंने बंगा बंधु बंगा बंधु चेयर एट विच यूनिवर्सिटी बंगा बंधु चेयर ठीक है जी बंगा बंधु चेयर उन्होंने सैटअप की है बंगा बंधु चेयर किस यूनिवर्सिटी सैटअप की है इस क्वेश्चन बारे में तुम दसना बंगा बंधु चेयर की है ਬੰਗਲਾਦੇਸ਼ ਦੇ ਵਿੱਚ ਜੋ ਡਿਵੈਲਪਮੈਂਟਸ ਹੁੰਦੀਆਂ ਨੇ ਬੰਗਲਾਦੇਸ਼ ਦੇ ਡਿਵੈਲਪਮੈਂਟਸ ਹੁੰਦੀਆਂ ਨੇ ਉਹਨੂੰ ਚੈੱਕ ਕਰਨਾ ਬੰਗਲਾਦੇਸ਼ ਦੇ ਡਿਵੈਲਪਮੈਂਟਸ ਨੂੰ ਚੈੱਕ ਕਰਨ ਵਾਸਤੇ ਇੱਕ ਦਿੱਲੀ ਯੂਨੀਵਰਸਿਟੀ ਦੇ ਵਿੱਚ ਬਿਲਕੁਲ ਸਹੀ ਜੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਬੰਗਾ ਬੰਦੂ ਚੇਅਰ ਦਾ ਸੈਟਅਪ ਕੀਤਾ ਰਾਜੇ ਠੀਕ ਹੈ ਜੀ ਬੰਗਲਾਦੇਸ਼ ਦੀ ਡਿਵੈਲਪਮੈਂਟ ਵਾਸਤੇ ਤੇ ਇਹਨਾਂ ਨੇ ਬੰਗਲਾਦੇਸ਼ ਦੀ ਡਿਵੈਲਪਮੈਂਟਸ ਨੂੰ ਅੰਡਰਸਟੈਂਡ ਕਰਨ ਵਾਸਤੇ ਬੰਗਲਾਦੇਸ਼ ਦੀ ਜੋ ਡਿਵੈਲਪਮੈਂਟਸ ਨੂੰ ਅੰਡਰਸਟੈਂਡ ਕਰਨ ਵਾਸਤੇ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਬੰਗਾ ਬ ਇਕਸਿਵਸ਼ਨ ਕਾਫੀ ਜਿਆਦਾ ਇੰਪੋਰਟੈਂਟ ਹੈ ਰਿਜ਼ਾਈਨ ਦੇਤਾ ਕਿਸ ਨੇ ਰਿਜ਼ਾਈਨ ਦੇਤਾ ਰਜੇ ਹਰਿਤਾ ਫੋਰੇ ਹਨਦਾ ਫੋਰੇ ਜੋ ਐਗਜ਼ੀਕਿਊਟਿਵ ਡਾਇਰੈਕਟਰ ਸੀਗੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਉਹਨਾਂ ਨੇ ਰੀਸੈਂਟਲੀ ਰਿਜ਼ਾਈਨ ਦੇਤਾ ਤਾਂ ਕਿਸ ਕਿਸ ਇੰਟਰਨੈਸ਼ਨਲ ਕਿਸ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਉਹ ਸੀਗੇ ਐਗਜ਼ੀਕਿਊਟਿਵ ਡਾਇਰੈਕਟਰ ਸੀ ਕਿਸ ਦੇ ਡਾਇਰੈਕਟਰ ਸੀ ਕਿਉਂ ਬੱਚਾ ਦੱਸ ਸਕਦਾ ਕਿਸ ਦੇ ਡਾਇਰੈਕਟਰ ਸੀ ਦੱਸ ਸਕਦਾ ਕੋ ਬੱਚਾ ए ऑप्शन यूनिसेफ यूनिसेफ ਦੇ ਕੀ ਸੀ ਐਗਜ਼ੀਕਿਟਿਵ ਮੈਂਬਰ ਸੀ ਰਾਜੇ ਠੀਕ ਹੈ ਐਗਜ਼ੀਕਿਟਿਵ ਸਰ ਐਗਜ਼ੀਕਿਊਟਿਵ ਡਾਇਰੈਕਟਰ ਸੀ ਡਾਇਰੈਕਟਰ ਸੀ ਐਗਜ਼ੀਕਿਊਟਿਵ ਡਾਇਰੈਕਟਰ ਸੀ ਜਿਨ੍ਹਾਂ ਨੇ ਰਿਜ਼ਾਈਨ ਦਿੱਤਾ नेक्स्ट ਕੁਐਸਚਨ ਕਾਫੀ ਜਿਆਦਾ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਦੱਸੋ ਜੀ ਇੰਡੀਆਜ਼ ਲਾਰਜੇਸਟ ਸੋਲਰ ਪਾਵਰ ਪਾਰਕ 4.75 ਗੀਗਾਵਾਟ ਵਿਚ ਵਿਲ ਬੀ ਇਨ ਰਨ ਆਫ ਕਸ਼ ਰਨ ਆਫ ਕਸ਼ ਠੀਕ ਹੈ ਜੀ ਗੁਜਰਾਤ ਵਿੱਚ ਬਣਾਇਆ ਗਿਆ ਕਿਸ ਕੰਪਨੀ ਦੇ ਦੁਆਰਾ ਕਿਸ ਕੰਪਨੀ ਦੇ ਦੁਆਰਾ ਲਾਰਜੇਸਟ ਸੋਲਰ ਪਾਵਰ ਪਾਰਕ ਬਣਾਇਆ ਗਿਆ ਜਿਸ ਦੀ ਵਾਟ ਕਿੰਨੀ ਹੈਗੀ ਹੈ 4.75 ਗੀਗਾਵਾਟ 4.75 ਗੀਗਾਵਾਟ ਦਾ ਜੋ ਪ੍ਰੋਜੈਕਟ ਲਗਾਇਆ ਇਹਨਾਂ ਨੇ ਠੀਕ ਹੈ ਜੀ ਤਾਂ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿਸ ਕੰਪਨੀ ਦੇ ਦੁਆਰਾ ਲਗਾਇਆ ਗਿਆ ਹੈ ਕੰਪਨੀ ਦਾ ਨਾਮ ਦੱਸੋ ਜੀ ਐਨਟੀਪੀਸੀ ਦੇ ਦੁਆਰਾ ਤਾਂ ਲਗਾਇਆ ਗਿਆ ਰਾਜੇ ਐਨਟੀਪੀਸੀ ਦੇ ਦੁਆਰਾ ਤਾਂ ਲਗਾਇਆ ਗਿਆ ਬਿਲਕੁਲ ਜੀ ਐਨਟੀਪੀਸੀ ਦੁਆਰਾ ਲਗਾਇਆ ਗਿਆ ਬਿਲਕੁਲ ਸਹੀ ਜੀ 100% ਸਬਸਿਡੀ ਦੇ ਨਾਲ ਐਨਟੀਪੀਸੀ ਸੋਲਰ ਸਿਸਟਮ ਚ ਕੰਮ ਕਰ ਰਿਹਾ ਹੈ 100% ਸਬਸਿਡੀ ਦੇ ਨਾਲ 100% ਸਬਸਿਡੀ ਦੇ ਨਾਲ ਜੋ ਐਨਟੀਪੀਸੀ ਕੰਮ ਕਰ ਰਿਹਾ ਹੈ ਲਾਰਜਸਟ ਸੋਲਰ ਪਾਰਕ ਪਾਰਕ ਬਣਾਇਆ ਉਹਨਾਂ ਨੇ 4.75 ਗੀਗਾਵਾਟ ਦਾ ਪਾਰਕ ਬਣਾਇਆ ਹੈ ਰਨ ਆਫ ਕਸ਼ ਠੀਕ ਹੈ ਜੀ ਖਵਾੜਾ ਖਵਾੜਾ ਕਿੱਥੇ ਹੈ ਗੁਜਰਾਤ ਦੇ ਵਿੱਚ ਖਵਾੜਾ ਗੁਜਰਾਤ ਦੇ ਵਿੱਚ ਉਹਨਾਂ ਨੇ ਬਣਾਇਆ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੱਸੋ ਜੀ ਵਿਚ ਸਿਟੀ ਹੈਜ਼ ਰੀਸੈਂਟਲੀ ਹੋਸਟਡ ਦਾ ਐਸਈਓ ਐਸਈਓ ਸੀਓ ਫੋਰਨ ਮਿਨਿਸਟਰਸ ਮੀਟਿੰਗ ਸੀਓ ਫੋਰਨ ਮਿਨਿਸਟਰਸ ਫੋਰਨ ਮਿਨਿਸਟਰਸ ਦੀ ਜੋ ਮੀਟਿੰਗ ਹੁੰਦੀ ਹੈ ਫੋਰਨ ਮਿਨਿਸਟਰ ਦੀ ਜੋ ਮੀਟਿੰਗ ਹੁੰਦੀ ਹੈ ਰੀਸੈਂਟਲੀ ਹੋਸਟਡ ਹੋਈ ਹੈ ਰਾਜੇ ਠੀਕ ਹੈ ਜੀ ਤਾਂ ਉਹ ਕਿੱਥੇ ਹੋਈ ਰਾਜ ਦੱਸ ਸਕਦੇ ਕੋ ਬੱਚਾ ਦੁਸ਼ਾਂਬੇ ਦੁਸ਼ਾਂਬੇ ਕਿੱਥੇ ਆ ਤਜਿਕਿਸਤਾਨ ਦੀ ਸਿਟੀ ਰਾਜੇ ਤਜਿਕਿਸਤਾਨ ਦੀ ਸਿਟੀ ਯਾਦ ਰੱਖ ਲੈ ਤਜਿਕਿਸਤਾਨ ਦੀ ਸਿਟੀ ਹੈਗੀ ਏ ਦੁਸ਼ਾਂਬੇ ਦੁਸ਼ਾਂਬੇ ਤਜਿਕਿਸਤਾਨ ਦੀ ਸਿਟੀ ਹੈ ਯਾਦ ਰੱਖਿਆ ਦੇ ਤਜਿਕਿਸਤਾਨ ਦੀ ਸਿਟੀ ਹੈਗੀ ਏ ਦੁਸ਼ਾਂਬੇ ਤਾਂ ਉੱਥੇ ਇਹਨਾਂ ਨੇ ਫੋਰ ਮਿਨਿਸਟਰਸ ਨੇ ਆਪਣਾ ਕੀ ਕੀਤਾ ਫੋਰ ਮਿਨਿਸਟਰ ਦੀ ਮੀਟਿੰਗ ਹੋਈ ਰਾਜੇ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੱਸੋ ਜੀ ਇੰਡੀਆਜ਼ ਫਰਸਟ ਗ੍ਰੇਨ ਏਟੀਐਮ ਗ੍ਰੇਨ ਏਟੀਐਮ ਹੈਜ਼ ਬੀਨ ਸੈਟ ਅਪ ਠੀਕ ਹੈ ਜੀ एज द पायलट प्रोजेक्ट ऑफ विच सिटी विच स्टेट के स्टेट का पायलट प्रोजेक्ट है ग्रीन ए टी एम ग्रीन ए टी एम मीनस ग्रीन ए टी एम मीनस अनाज का ए टी एम अनाज ए टीएम बनाया गया पायलट प्रोजेक्ट राजे किस किसका प्रोजेक्ट है? हरियाणा गौरमेंट के पंजाब गौरमेंट हरियाणा गौरमेंट या पंजाब गौरमेंट ਇਹ ਜੋ ਮਸ਼ੀਨ ਹੈ ਇਹ ਵਰਡ ਫੂਡ ਪ੍ਰੋਗਰਾਮ ਦੇ ਅੰਦਰ ਹੈ ਯਾਦ ਰੱਖਣਾ ਵਰਡ ਫੂਡ ਪ੍ਰੋਗਰਾਮ ਦੇ ਅੰਦਰ ਇਹ ਮਸ਼ੀਨ ਕੰਮ ਕਰ ਰਹੀ ਹੈ ਵਰਡ ਫੂਡ ਪ੍ਰੋਗਰਾਮ ਦੇ ਅੰਦਰ ਇਹ ਮਸ਼ੀਨ ਕੰਮ ਕਰ ਰਹੀ ਹੈ ਹਰਿਆਣਾ ਦਾ ਪ੍ਰੋਜੈਕਟ ਬਿਲਕੁਲ ਸੀ ਹਰਿਆਣਾ ਗਵਰਨਮੈਂਟ ਕਾਫੀ ਵਧੀਆ ਕੰਮ ਕਰ ਰਹੀ ਹੈ ਹਰਿਆਣਾ ਗਵਰਨਮੈਂਟ ਦਾ ਪ੍ਰੋਜੈਕਟ ਬਿਲਕੁਲ ਸਹੀ ਹੈ ਹਰਿਆਣਾ ਗਵਰਨਮੈਂਟ ਦੀ ਇੱਕ ਸਿਫਤ ਹਰਿਆਣਾ ਗਵਰਨਮੈਂਟ ਦੀ ਇੱਕ ਸਿਫਤ ਕੀ ਹਰਿਆਣਾ ਗਵਰਨਮੈਂਟ ਤੇ ਰਾਜਸਥਾਨ ਗਵਰਨਮੈਂਟ ਦੀ ਇੱਕ ਬਹੁਤ ਵਧੀਆ ਕੰਮ ਕੀਏ ਨੌਕਰੀਆਂ ਜਿਵੇਂ ਪੰਜਾਬ ਵਿੱਚ ਪੰਜਾਬ ਵਿੱਚ ਨੌਕਰੀਆਂ ਨਿਕਲਦੀਆਂ ਨੇ ਲਾਸਟ ਸਾਲ ਅੰਨੀਆਂ ਨੌਕਰੀਆਂ ਨਿਕਲਦੀਆਂ ਨੇ ਹਰ ਹਫ਼ਤੇ ਸਰਕਾਰ ਪੇਪਰ ਲੈਂਦੀ ਹੈ ਪਰ ਹਰਿਆਣਾ ਤੇ ਰਾਜਸਥਾਨ ਗਵਰਨਮੈਂਟ ਦੀ ਇੱਕ ਬਹੁਤ ਵਧੀਆ ਸਿਫਤ ਤੇ ਭਾਵੇਂ ਹਰਿਆਣਾ 'ਚ ਕਾਂਗਰਸ ਆਜੇ ਭਾਵੇਂ 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 ਰਾਜਸਥਾਨ 'ਚ ਹਰਿਆਣਾ ਆਜੇ ਭਾਵੇਂ ਭੀਜਪੀ ਆਜੇ ਭਾਵੇਂ ਕੋਈ ਵੀ ਆਜੇ ਉਥੇ ਪੰਜ ਦੇ ਪੰਜ ਸਾਲ ਨੌਕਰੀਆਂ ਨਿਕਲਦੀਆਂ ਰਹਿੰਦੀਆਂ ਨੇ ਪੰਜ ਦੇ ਪੰਜ ਸਾਲ ਉਥੇ ਨੌਕਰੀ ਨਿਕਲਦੀ ਰਹਿੰਦੀਆਂ ਨੇ ਇਹ ਬਹੁਤ ਵਧੀਆ ਦੋ ਸਟੇਟਸ ਵਿੱਚ ਜੇ ਜੇ ਜੋ ਬੱਚੇ ਨੇ ਜੋ ਜੋਬ ਦੀ ਤਲਾਸ਼ ਕਰ ਰਹੇ ਨੇ ਬਹੁਤ ਵਧੀਆ ਸਰਕਾਰ ਨੇ ਉਹਨਾਂ ਦੀ ਭਾਵੇਂ ਕਾਂਗਰਸ ਆਜੇ ਭਾਵੇਂ ਭਾਵੇਂ ਭਾਜੀਪੀ ਆਜੇ ਤਾਂ ਦੋਨੋਂ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਪੰਜੋਂ ਦੇ ਪੰਜੋਂ ਸਾਲ ਨੌਕਰੀਆਂ ਨਿਕਲਦੀਆਂ ਰਹਿੰਦੀਆਂ ਨੇ ਪੰਜਾਬ ਵਾਲੇ ਤਾਂ ਐਂਡ ਤੇ ਕੱਢਦੇ ਨੇ ਫਿਰ ਹਰ ਹਫ਼ਤੇ ਪੇਪਰ ਕੱਢਦੇ ਨੇ ਹਰ ਹਫ਼ਤੇ ਪੇਪਰ ਰੱਖ ਲੈਂਦੇ ਨੇ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਮੈਂ ਰਾਤ ਨੂੰ ਕੀ ਸੁੱਤਾ ਸੀ ਤੇ ਸਵੇਰ ਨੂੰ ਇਹ ਨਹੀਂ ਪਤਾ ਮੇਰਾ ਕਿਹੜਾ ਪੇਪਰ ਹੈਗਾ ਮੰਦਸੋ ਜੀ ਆਰਬੀਆਈ ਆਰਬੀਆਈ ਨੇ ਕੀ ਕੀਤਾ ਆਪਣੀ ਜੋ 6 ਜੋ ਹੋਈਆਂ ਸੀ ਆਪਾ ਬੰਦੀਆਂ ਠੀਕ ਹੈ ਰਿਸਟ੍ਰਿਕਟਿਡ ਏਰੀਆ ਸੀਗੇ ਤਾਂ ਇੰਬੋਸ ਉਹਨੂੰ ਲਗਾਈਆਂ ਔਨ ਵਿੱਚ ਫਾਈਨੈਂਸ ਸਰਵਿਸ ਕੰਪਨੀ ਫॉर ਐਡਿੰਗ ਨਿਊ ਡੋਮੈਸਟਿਕ ਕਸਟਮਰਸ ਨਵੇਂ ਡੋਮੈਸਟਿਕ ਕਸਟਮਰਸ ਨਵੇਂ ਡੋਮੈਸਟਿਕ ਕਸਟਮਰਸ ਨੂੰ ਐਡ ਕਰਨ ਤੇ ਨਵੇਂ ਡੋਮੈਸਟਿਕ ਕਸਟਮਰਸ ਨੂੰ ਐਡ ਕਰਨ ਤੇ ਨਹੀਂ ਇੱਕ ਦਾ ਨੋਮੈਸਟਿਕ ਕਸਟਮਰ ਨੂੰ ਐਡ ਕਰ ਐਡ ਕਰਨ ਤੇ ਲਗਾਈਆਂ ਮਾਸਟਰ ਕਾਰਡ ਏਸ਼ੀਆ ਤੇ ਬਿਲਕੁਲ ਸਹੀ ਜਾ ਰਹੇ ਹੋ ਮੈਨੂੰ ਲੱਗਦਾ ਤੁਸੀਂ ਮਾਸਟਰ ਕਾਰਡ ਏਸ਼ੀਆ ਜਾਂ ਪੈਸੀਫਿਕ ਪ੍ਰਾਈਵੇਟ ਲਿਮਿਟਿਡ ਬਿਲਕੁਲ ਸਹੀ ਹੈ ਮਾਸਟਰ ਕਾਰਡ ਏਟ ਮਾਸਟਰ ਕਾਰਡ ਤੇ ਲਗਾਇਆ ਜਾਂ ਮਾਸਟਰ ਉਹ ਤੇ ਨਹੀਂ ਮਾਸਟਰ ਕਾਰਡ ਤੇ ਲਗਾਇਆ ਚਲੋ ਨੈਕਸਟ ਕੁਐਸਚਨ ਕੀ ਹੈ ਜੀ ਤਾਂ ਹੋਲ ਸੇਲ ਪ੍ਰਾਈਸ ਬੇਸ ਇਨਫਲੇਸ਼ਨ ਜੋ ਇਨਫਲੇਸ਼ਨ ਹੈਗੀ ਉਹ ਕਿੰਨੇ ਪਰਸੈਂਟ ਇਹਨਾਂ ਨੇ ਕਾਊਂਟ ਕੀਤੀ ਗਈ ਹੈ ਕਿੰਨੇ ਪਰਸੈਂਟ ਇਹਨਾਂ ਨੇ ਮੀਨਸ ਡਿਸਕਾਊਂਟ ਕੀਤੀ ਹੈ ਥੋੜੀ ਬਹੁਤ ਉਹਨਾਂ ਦੀ ਗ੍ਰਾਵਿਟ ਆਈ ਉਸ ਪਰ ਥੋੜੀ ਬਹੁਤ ਗ੍ਰਾਵਿਟ ਆਈ ਕਿੰਨੇ ਪਰਸੈਂਟ ਕਾਊਂਟ ਕੀਤੀ ਉਹਨਾਂ ਨੇ ਜੂਨ 2021 ਦੇ ਵਿੱਚ ਕਿੰਨੇ ਪਰਸੈਂਟ ਕਾਊਂਟ ਕੀਤੀ ਹੈ ਕਿੰਨੇ ਪਰਸੈਂਟ ਕਾਊਂਟ ਕੀਤੀ ਰਾਜੇ बारह पॉइंट सत्त प्रसेंट काउंट की ज्यादा रखा दे बारह पॉइंट सत्त प्रसेंट काउंट की बारह पॉइंट सत्त प्रसेंट काउंट की ठीक है, है जी बारह पॉइंट सत्त प्रसेंट इन्होंने काउंट की नैक्सट क्वेश्चन काफ़ी ज्यादा इंपोर्टेंट है नैक्सट क्वेश्चन नैक्सट क्वेश्चन की है विच यूटी स्टेट हैज साइन ए मेमोरेंडम ऑफ अंडरसटैंडिंग एमए यू साइन किया है विद द सिक्कम स्टेट ਆਰਗੈਨਿਕ ਸਿੱਕਮ ਸਟੇਟ ਆਰਗੈਨਿਕ ਸਰਟੀਫਿਕੇਸ਼ਨ ਸਰਟੀਫਿਕੇਸ਼ਨ ਏਜੰਸੀ ਸਿੱਕਮ ਦੀ ਜੋ ਆਰਗੈਨਿਕ ਆਰਗੈਨਿਕ ਠੀਕ ਹੈ ਜੀ ਆਰਗੈਨਿਕ ਏਜੰਸੀ ਉਹਨਾਂ ਨਾਲ ਇਹਨਾਂ ਨੇ ਸੈੱਟ ਇਹਨਾਂ ਨੇ ਕੀਤਾ ਹੈਗਾ ਤਾਂ ਦੱਸੋ ਜੀ ਕਿਸ ਨਾਲ ਕਿਸ ਯੂਟੀ ਜਾਂ ਕਿਸ ਸਟੇਟ ਨੇ ਸਾਈਨ ਕੀਤੇ ਨੇ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਲਦਾਖ ਨਾਲ ਕੀਤਾ ਬਿਲਕੁਲ ਸਹੀ ਜੀ ਲਦਾਖ ਨਾਲ ਕੀਤਾ ਬਿਲਕੁਲ ਰਾਈਟ ਆਨਸਰ ਹੈ ਤਾਂ ਕਿਰਨ ਨੇ कृषि ਵਿਕਾਸ ਯੋਜਨਾ ਮਿਸ਼ਨ ਕਾਫੀ ਅੱਗੇ ਲੈ ਕੇ ਜਾਣਾ ਹੈ कृषि ਵਿਕਾਸ ਯੋਜਨਾ ਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਕੰਮ ਕਰਨਾ ਹੈ ਉੱਥੇ ਇਹਨਾਂ ਨੇ ਕੰਮ ਕੀਤਾ ਠੀਕ ਹੈ ਜੀ ਨਵਾਂ ਨੈਕਸਟ ਨੈਕਸਟ ਕੁਐਸਚਨ ਕੀ ਹੈ ਐਕਸਰਸਾਈਜ਼ ਵਾਸਤੇ ਪੂਰਾ ਇੰਪੋਰਟੈਂਟ ਐਕਸਰਸਾਈਜ਼ ਇਨਸਪੈਕਟਰ ਵਾਸਤੇ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤਾਂ ਕੁਐਸਚਨ ਦੇਖੋ ਸੀ who has relaunched the scheme for retail investors who has uh, launched a scheme for retail investors through which uh, through which they can directly buy and sell government jo securities ne theek hai isne uh, both primary and secondary dasso ji kafi jyada important question hai ladakh vich vaccing log bhi apne wale vaccing lwa nahi rahe ladakh wale ne vaccing lwa li apne wale vaccing lwa nahi rahe ਠੀਕ ਹੈ ਜੀ ਪਿੰਡਾਂ ਦਾ ਤਾਂ ਇੰਨਾ ਮਾੜਾ ਹਾਲ ਏ ਪਿੰਡਾਂ ਦੇ ਦੇ ਵਿੱਚ ਤਾਂ ਜਿਵੇਂ ਇੱਕ ਡੱਬਾ ਵੀ ਨਹੀਂ ਖੁੱਲਦਾ ਵੈਕਸਿਨ ਲਾਉਣ ਵਾਲੇ ਸਟਾਫ ਆਉਂਦਾ ਡੱਬਾ ਤੱਕ ਨਹੀਂ ਖੁੱਲਦਾ ਪਿੰਡਾਂ ਵਿੱਚ ਤਾਂ ਇਹ ਇੰਨਾ ਮਾੜਾ ਹਾਲ ਏ ਤੁਸੀਂ ਆਪਸਾ ਹਿਸਾਬ ਲਾ ਲਓ ਇੰਡੀਆ 'ਚ ਵੈਕਸੀਨੇਸ਼ਨ ਪੂਰੀ ਹੁੰਦੇ ਨੂੰ ਅਜੇ ਕਾਫੀ ਜ਼ਿਆਦਾ ਟਾਈਮ ਲੱਗ ਜਾਏਗਾ ਕਾਫੀ ਜ਼ਿਆਦਾ ਟਾਈਮ ਲੱਗ ਜਾਏਗਾ ਜੀ ਕਾਫੀ ਜ਼ਿਆਦਾ ਟਾਈਮ ਲੱਗ ਜਾਏਗਾ ਠੀਕ ਹੈ ਜੀ ਤਾਂ ਆਰਬੀਆਈ ਬਿਲਕੁਲ ਸਹੀ ਜੀ ਆਰਬੀਆਈ ਨੇ ਕੀਤਾ ਬਿਲਕੁਲ ਰਾਈਟ ਆਨਸਰ ਨੈਕਸਟ ਕੁਐਸਚਨ ਦੱਸੋ ਜੀ ਹੂ ਹੈਜ਼ ਬੀਨ ਅਪੋਇੰਟਡ ਦਾ ਲੀਡਰ ਆਫ ਇੰਦਰਾ ਸਭਾ ਠੀਕ ਹੈ ਜੀ ਲੀਡਰ ਆਫ ਦਾ ਹਾਊਸ ਰਾਜ ਸਭਾ ਦੇ ਲੀਡਰ ਆਫ ਦਾ ਹਾਊਸ ਕਿਸ ਨੂੰ ਬਣਾਇਆ ਗਿਆ ਕਿਸ ਨੂੰ ਸਦਨ ਦਾ ਨੇਤਾ ਚੁਣਿਆ ਗਿਆ ਲੀਡਰ ਆਫ ਦਾ ਹਾਊਸ ਰਾਜ ਸਭਾ ਦੇ ਵਿੱਚ ਲੀਡਰ ਆਫ ਦਾ ਹਾਊਸ ਕਿਸ ਨੂੰ ਬਣਾਇਆ ਗਿਆ ਇਜ਼ਰਾਈਲ ਮਾਸਕ ਫਰੀ ਕੰਟਰੀ ਬਿਲਕੁਲ ਸਹੀ ਹੈ ਇਜ਼ਰਾਈਲ ਮਾਸਕ ਫਰੀ ਕੰਟਰੀ ਬਣ ਗਈ ਹੈ ਬਿਲਕੁਲ ਸਹੀ ਰਾਜੇ ਪਿਊਸ਼ ਗੋਇਲ ਜੀ ਨੂੰ ਬਣਾਇਆ ਗਿਆ ਕੀ ਬਣਾਇਆ ਗਿਆ ਰਾਜ ਸਭਾ ਦਾ ਦਾ ਲੀਡਰ ਰਾਜ ਸਭਾ ਹਾਊਸ ਦਾ ਲੀਡਰ ਬਣਾਇਆ ਗਿਆ ਠੀਕ ਹੈ ਜੀ ਗੱਲ ਯਾਦ ਰੱਖ ਲੈਣੀ ਨੈਕਸਟ ਕੁਐਸਚਨ ਕੀ ਹੈ ਜੀ ਵਰਲਡ ਯੂਥ ਸਕਿੱਲ ਡੇ ਹੈਜ਼ ਰੀਸੈਂਟਲੀ ਬੀਨ ਅਬਜ਼ਰਵਡ ਦੱਸੋ ਜੀ ਕਿਹੜੇ ਜੁਲਾਈ ਦੇ ਕਿਹੜੇ ਦਿਨ ਨੂੰ ਯੂਥ ਸਕਿੱਲ ਡੇ ਯੂਥ ਸਕਿੱਲ ਡੇ ਜੁਲਾਈ ਦੇ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ ਜੁਲਾਈ ਦੇ ਕਿਹੜੇ ਦਿਨ ਨੂੰ ਯੂਥ ਸਕਿੱਲ ਡੇ ਮਨਾਇਆ ਜਾਂਦਾ ਹੈ ਦੱਸੋ ਜੀ ਕਿਹੜੀ ਡੇਟ ਨੂੰ ਬਣਾਇਆ ਜਾਂਦਾ? 타ਵਰਚੰਦ ਗਹਿਲੋਦ ਜਿਹਨੂੰ ਇਹਨਾਂ ਨੇ ਉਹ ਜੋ ਜਗ੍ਹਾ ਤੇ ਬਣਾਇਆ ਗਿਆ ਨਾ ਪਿਊਸ਼ ਗੋਇਲ ਨੂੰ ਬਿਲਕੁਲ ਸਹੀ ਹੈ ਜੀ ਦੱਸੋ ਜੀ 16 ਜੁਲਾਈ 15 ਜੁਲਾਈ ਜਾਂ 14 ਜੁਲਾਈ 15 ਜੁਲਾਈ ਬਿਲਕੁਲ ਸਹੀ ਹੈ 15 ਜੁਲਾਈ ਨੂੰ ਵਰਲਡ ਯੂਥ ਸਕਿੱਲ ਡੇ ਬਣਾਇਆ ਜਾਂਦਾ ਹੈ ਠੀਕ ਹੈ ਜੀ ਨੈਕਸਟ 40th ਕੁਐਸਚਨ 40 ਨੰਬਰ ਕੁਐਸਚਨ ਕੀ ਹੈ ਜੀ ਹੂ ਇਜ਼ ਦਾ ਰਾਈਟਰ ਆਫ ਦਾ ਬੁੱਕ ਟਾਈਟਲ ਐਸ ਦਾ ਗ੍ਰੇਟ ਬਿਗ ਲਾਇਨ ਦਾ ਗ੍ਰੇਟ ਬਿਗ ਲਾਇਨ ਦਾ ਟਾਈਟਲ ਬੁੱਕ ਦਾ ਟਾਈਟਲ ਦਾ ਰਾਈਟਰ ਕੌਣ ਹੈ ਕਾਫੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਦੋ ਬੱਚਿਆਂ ਤੇ ਇੱਕ ਲਾਇਨ ਦੀ ਸਟੋਰੀ ਹੈ ਦੋ ਚਾਈਲਡ दो चाइल्ड ਤੇ ਇੱਕ ਲਾਇਨ ਦੀ ਸਟੋਰੀ ਹੈ ਠੀਕ ਹੈ ਜੀ ਦੱਸੋ ਜੀ ਇੱਕ ਦੋ ਚਾਈਲਡ ਇੱਕ ਲਾਇਨ ਦੀ ਸਟੋਰੀ ਹੈ ਕੌਣ ਰਾਈਟਰ ਕੌਣ ਹੈ ਬੀ ਇਹ ਆਪਸ਼ਨ ਆ ਜੇ ਕ੍ਰਿਸ ਨਾਈਟ ਠੀਕ ਹੈ ਜੀ ਈ ਆਪਸ਼ਨ ਤਾਂ ਬਿਲਕੁਲ ਰਾਈਟ ਆਪਸ਼ਨ ਈ ਤਾਂ ਇਹ ਸਾਰੇ ਆਪਣੇ ਇੰਪੋਰਟੈਂਟ ਕੁਐਸਚਨਸ ਸੀਗੇ ਆਪਣੇ 40 ਦੇ 40 ਇੰਪੋਰਟੈਂਟ ਕੁਐਸਚਨਸ ਜੋ ਕਿ 13 ਤਰੀਕ ਤੋਂ ਲੈ ਕੇ ਤੇ 16 ਤਰੀਕ ਦੇ ਵਿੱਚ ਵਿੱਚ ਦੇ ਸਾਰੇ ਕਰੰਟ ਅਫੇਅਰ ਆਪਾਂ ਕਵਰ ਕਰ ਚੁੱਕੇ ਹਾਂ ਠੀਕ ਹੈ ਜੀ ਤਾ 13 ਤਰੀਕ ਤੋਂ 16 ਤਰੀਕ ਦੇ ਸਾਰੇ ਕਰੰਟ ਅਫੇਅਰ ਆਪਾਂ ਕਵਰ ਕਰ ਚੁੱਕੇ ਹਾਂ ਠੀਕ ਹੈ ਜੀ ਤਾਂ ਪੁਰਾਣੇ ਕਰੰਟ ਅਫੇਅਰ ਪਿਛਲੇ ਕਰੰਟ ਅਫੇਅਰ ਵੀ ਆਲਰੇਡੀ ਹੋ ਚੁੱਕੇ ਨੇ ਆਪਣੇ ਸਾਰੇ ਕੰਪਲੀਟ ਹੋ ਚੁੱਕੇ ਨੇ ਠੀਕ ਹੈ ਤਾਂ ਤੁਸੀਂ ਆਪਣੀ ਜੋ ਤਿਆਰੀ ਆਰਾਮ ਨਾਲ ਤਿਆਰੀ ਨਾਲ ਵਧੀਆ ਟੈੰਕ ਨਾਲ ਕਰ ਸਕਦੇ ਹੋ ਪੰਜਾਬੀ ਚ ਵੀ ਕਰੰਟ ਅਫੇਅਰ ਦਿੱਤੇ ਗਏ ਨੇ ਠੀਕ ਹੈ ਜੀ ਪਿਛਲੇ ਮਹੀਨੇ ਦੇ ਕਰੰਟ ਅਫੇਅਰ ਵੀ ਆਪਾਂ ਕਰਵਾ ਦਿੱਤੇ ਗਏ ਸੀ ਤਾਂ ਹੈਡ ਕਨਸਟੇਬਲ ਦੀ ਵੈਕੈਂਸੀਸ ਆਊਟ ਹੋ ਚੁੱਕੀਆਂ ਨੇ ਪੀ ਟ੍ਰਿਪਲ ਐਸ ਬੀ ਦੇ ਵੱਲੋਂ ਕਲੈਰੀਕਲ ਦੀ ਵੈਕੈਂਸੀ ਬਹੁਤ ਜਲਦੀ ਆ ਰਹੀ ਹੈ ਜੀ ਗੱਲ ਯਾਦ ਰੱਖ ਲੈਣਾ पी ट्रिपल एस बी ਦੇ ਵੱਲੋਂ ਕਲਰਕ ਪੀ ਪੀ ਐਸ ਦੇ ਵੱਲੋਂ ਸੁਸਾਇਟੀ ਇਨਸਪੈਕਟਰ ਤੇ ਫੂਡ ਸਪਲਾਈ ਇਨਸਪੈਕਟਰ ਤਿੰਨ ਵਿਕੈਂਸੀਜ਼ ਬਹੁਤ ਜਲਦੀ ਆ ਰਹੀਆਂ ਨੇ ਕਿਸੇ ਦਿਨ ਕਿਸੇ ਟਾਈਮ ਵੀ ਵਿਕੈਂਸੀਜ਼ ਆਊਟ ਹੋ ਚੁੱਕੀਆਂ ਆਊਟ ਹੋ ਸਕਦੀਆਂ ਨੇ ਠੀਕ ਹੈ ਜੀ ਤਾਂ ਤੁਸੀਂ ਆਪਣੀ ਤਿਆਰੀ ਨੂੰ ਚੰਗੀ ਤਰ੍ਹਾਂ ਰੱਖਣਾ ਚੰਗੀ ਤਰ੍ਹਾਂ ਤੁਸੀਂ ਆਪਣੀ ਤਿਆਰੀ ਨੂੰ ਜਿਹੜੀ ਹੈਗਾ ਆਪਣਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਕਰਨਾ ਹੈ ਠੀਕ ਹੈ ਜੀ ਚਲੋ ਅੱਜ ਦੇ ਆਪਣੇ ਇੰਨੇ ਕਰੰਟ ਅਫੇਅਰ ਸੀ ਅੱਜ ਦੇ ਆਪਣੇ ਜੋ ਸਾਰੇ ਕਰੰਟ ਅਫੇਅਰ ਆਪਾਂ ਪੂਰੇ ਕਰੰਟ ਅਫੇਅਰ ਕਰ ਚੁੱਕੀਆਂ ਤੇ ਚਲੋ ਮਿਲਦੇ ਆਂ ਬਾਕੀ ਕਲਾਸ ਵਿੱਚ ਸਬ ਇੰਸਪੈਕਟਰ ਦਾ ਬੈਚ ਹੈਡ ਕਨਸਟੇਬਲ ਦਾ ਬੈਚ ਵੀ ਸੀ ਸਬ ਇੰਸਪੈਕਟਰ ਬੈਚ ਦੀ ਤਿਆਰੀ ਕਰ ਸਕਦੇ ਹੋ ਬਹੁਤ ਵਧੀਆ ਟੰਗ ਨਾਲ ਬੈਚ ਚੱਲ ਰਿਹਾ ਠੀਕ ਹੈ ਓਕੇ ਰਾਜੇ ਥੈਂਕ ਯੂ ਤਾਂ ਪੇਪ ਏਜ਼ ਕਿੰਨੀ ਹੋਵੇਗੀ ਫਿਰ ਪੇਪਰ ਦੀ ਏਜ਼ ਰਾਜੇ ਤੁਸੀਂ ਕੀ ਗੱਲਾਂ ਕਰਨ ਲੱਗ ਬੈਠ ਗਏ ਏਜ਼ अठारह तो सैंती अठारह तो सैंती साल उम्र है राजे उम्मीद पूरी राजे क्लास लगेगी उम्मीद पूरी है क्लास लगेगी ठीक है जी चलो थैंक यू राजे बाय बाय